ਦੀ ਕਬੂਲੀਅਤ ਬਿਲਖਸੂਸ ਮੇਰੇ ਭਾਈ ਹਸਨ ਜੋ ਬਹਿਰ ਮਜਲਿਸ ਪੇ ਸੁਣਦੇ ਉਹਨਾਂ ਦੀਆਂ ਦੁਆਵਾਂ ਦੀ ਕਬੂਲੀਅਤ ਤੁਹਾਡੇ ਤੋਂ ਰਾਏ ਦੀ ਕਬੂਲੀਅਤ ਵਾਸਤੇ ਬਵਾਜ਼ੇ ਬੁਲੰਦ ਸਲਾਵਾਤ ਫਾਤਿਹਾ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਲਹਮਦੁਲਿਲਾਹਿਰਰਹਿਮਾਨਿਰਰਹੀਮ ਮਾਲਿਕ ਯੌਮਿਦੀਨ ਇਯਾਕਾ ਨਅਬਦੁ ਵਇਯਾਕਾ ਨਸਤਾਈਨ ਇਹਦਾ ਨਸਰਾ ਉਤਲ ਮੁਸਲਮ ਸਰਾਤ ਮੁਸਲਮ ਗੈਰੁਲ ਮਾਜੂਬ ਅਲੈਹ ਵਲਸ ਵਲਲਾਹੁ ਸਲਵਾਤ ਸਾਰੇ ਮਿਲ ਕੇ ਬਾਵਾ ਜੇ ਮਾਸੂਮ ਦੀ ਆਮਦ ਵਾਸਤੇ ਵੀ ਸਲਵਾਤ ਬਾਵਾ ਜੀ ਬਿਮਾਰਾਂ ਦੀ ਸ਼ਫਾ ਵਾਸਤੇ ਵੀ ਸਲਵਾਤ ਸਾਰੇ ਮਿਲ ਕੇ ਅੱਲਾਹੁਮਾ ਸੁਲੇ ਆਲਾ ਮੁਹੰਮਦ ਇਸ ਮਜਲਿਸ ਦੀ ਕਬੂਲੀਅਤ ਵਾਸਤੇ ਵੀ ਇੱਕ ਸਲਵਾਤ ਸਾਰੇ ਅੱਲਾਹੁਮਾ ਸੁਲੇ ਆਲਾ ਮੁਹੰਮਦ اجازت قبلہ اعوذ باللہ من الشیطان اللعین الرجیم بسم اللہ الرحمن الرحیم الحمد للہ رب العالمین والعاقبت للمتقین وجنۃ للمومنین ونار للکافرین والمنافقین بے شمار السلام والسلام على من كان نبيا وآدم بن الماء والتين سيد سقلاؤين وشمس المشرقاؤين والمغرباؤين جد الله حسن والحسين عبل قاسم محمد اللهم صل على محمد ہزار بھی صاحب آئیں وتاں بر مہاں ضربت علیین یوم الخندق افضل میں عبادت سکلاں واؤد سپتا ہوں حسین بابا سے بلند سلوا اللہ مسلم دعا ہے خالق و مالک تسا تمام مومنین دا اس مجلس پاک چ ٹرایا ਸਾਈਂ ਆਪਣੇ ਦਰਬਾਰ 'ਚ ਮਨਜ਼ੂਰ ਹੋ ਮਕਬੂਲ ਫਰਮਾ ਜਿਤਨੇ ਕਦਮ ਨਵਾਬ ਕਰਬਲਾ ਦੇ ਸਫੇ ਮਾਤਮ ਦੇ ਪਾਸੇ ਉਠਾਏ ਗਏ ਹਰ ਕਦਮ 'ਤੇ ਸਾਈਂ ਸਗੀਰਾ ਕਬੀਰਾ ਗੁਨਾਹ ਮਾਫ ਫਰਮਾ ਬਾਨੀਆਂ ਦੇ ਰਿਜ਼ਕ 'ਚ ਪੇਸ਼ਵਾ ਇਸ ਤੋਂ ਵੀ ਅਜ਼ਾਫਾ ਜ਼ਿਆਦਾ ਫਰਮਾਏ ਇਹਨਾਂ ਦੇ ਬਜ਼ੁਰਗਾਂ ਨੂੰ ਮੌਲਾ ਸ਼ਫਾ ਦੇਵੇ ਆਮੀਨ ਜ਼ਰੂਰ ਆਖਿਆ ਕਰੋ ਪਿੱਛੇ ਨਾ ਰਿਹਾ ਕਰੋ ਖੁਦਾ ਫਰਮਾਉਂਦਾ ਅਗਰ ਨਮਾਜ਼ ਪੜ੍ਹ ਕੇ
ਤੈਂ ਮੇਰੇ ਕੋਲੋਂ ਕੁਛ ਮੰਗਣਾ ਨਾ ਹਾਵੇ ਫਿਰ ਮੈਨੂੰ ਝੁਕਿਆ ਕਿਉਂ ਹਾਵੇ। ਇਸ ਲਈ ਜਿਹੜੇ ਬੈਠੇ ਉਹ ਬੜੇ ਖਾਸ ਜਾਏ ਬੈਠੇ ਹੋ। ਆ ਉਤਲਾ ਵੀ ਕੋਈ ਚਲਾ, ਲੋਕਾਂ ਨੂੰ ਪਤਾ ਲੱਗਿਆ, ਪਤਾ ਹੀ ਨਹੀਂ ਹੈ ਕਿਸੇ ਨੂੰ, ਬਾਹਰ ਆਵਾਜ਼ ਨਹੀਂ ਨਾ ਜਾ ਰਹੀ, ਫਿਰ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਮਜਲਸ ਸ਼ੁਰੂ ਹੈ ਜਾਂ ਨਹੀਂ ਹੈ। ਇਸ ਵਾਸਤੇ ਥੋੜ੍ਹੀ ਦੇਰ ਉਤਲਾ ਚਲੇ ਸੀ ਤਾਂ ਸਭ ਨੂੰ ਪਤਾ ਲੱਗ ਜਾ ਸੀ। ਤਵੱਜੋ ਹੈ ਜੀ। ਖਾਲਕ ਫਰਮਾਉਂਦਾ ਅਗਰ ਮੇਰੇ ਕੋਲੋਂ ਕੁਛ ਮੰਗਣਾ ਨਾ ਆਈ, ਮੇਰੇ ਪਾਸ ਦੇਖਣਾ ਕੰਮ ਹੁੰਦੇ ਰਾਜ ਸਨ ਅਤੇ ਮੈਂ ਟਾਲਣ ਦੇ ਪ੍ਰੋਗਰਾਮ 'ਚ ਤੈਨੂੰ ਨਹੀਂ ਹਾਂ ਵੀ ਤੁਸੀਂ ਥੋੜ੍ਹੇ ਜਿਹੇ ਬੈਠੇ ਹੋ ਅਤੇ ਜਿਵੇਂ ਜ਼ਾਕਿਰ ਹੋ ਗਏ। ਮੈਂ ਜ਼ਿੰਦਗੀ 'ਚ ਇੰਜ ਨਹੀਂ ਕੀਤਾ, ਜਿੱਥੇ ਵੀ ਲੱਖਾਂ ਦਾ ਮਜਮੈ ਜਾਂ ਦਾ ਬੈਠੇ ਆਪਣੀ ਡਿਊਟੀ ਪੂਰੀ ਦਿੱਤੀ, ਕਿਉਂਕਿ ਇਸ ਵਾਸਤੇ ਕਿ ਮੈਂ ਜਾਣਨਾ ਤੇਤੋਂ ਵੀ ਪਹਿਲੇ ਮਲਾਇਕਾ ਇੱਥੇ ਆਣ ਕੇ ਬੈਠ ਜਾਂਦੇ। ਤੇਰੀ ਆਮਦ ਤੋਂ ਵੀ ਪਹਿਲੇ, ਤੇਰੇ ਆਉਣ ਤੋਂ ਵੀ ਪਹਿਲੇ ਗਾਲਬਨ 70,000 ਮਲਾਇਕਾ ਉਹ ਇੰਤਜ਼ਾਮੀਆ ਨੂੰ ਨਾ ਕੰਮ ਕਰਨਾ ਹੈ। ਤੁਸੀਂ ਮੇਰੇ ਪਾਸੇ ਬੰਦੇ ਸਿਆਣੇ ਬੈਠੇ ਹੋ, ਬੱਚੇ ਤਾਂ ਇੱਥੇ ਹੈ ਹੀ ਕੋਈ ਨਾ। 70,000 ਮਲਾਇਕਾ ਬਜ਼ੁਰਗੋ ਸਾਡੇ ਤੋਂ ਵੀ ਪਹਿਲੇ ਸ਼ਬੀਰ ਦੀ ਸਫੇ ਮਾਤਮ 'ਤੇ ਆਣ ਕੇ ਬਹਿੰਦੇ ਨੇ। ਇਹਦੀ ਵਜ੍ਹਾ ਕਿਆ ਹੈ? ਜਿਹੜੇ ਤੇਤੋਂ ਵੀ ਪਹਿਲੇ ਆ ਜਾਂਦੇ, ਜਿਹੜੇ ਮਜਲਸ ਸ਼ੁਰੂ ਅਜਾ ਹੁੰਦੀ ਹੁੰਦੀ 'ਤੇ ਆਣ ਕੇ ਬਹਿ ਜਾਂਦੇ ਨੇ, ਤੂੰ ਅਜੇ ਘਰਾਂ 'ਚ ਬੈਠਾ ਉਹਨੇ ਤਾਂ ਉਹ ਸ਼ਬੀਰ ਦੀ ਸਫੇ ਮਾਤਮ 'ਤੇ ਆਣ ਕੇ ਉਹ ਕਿਉਂ ਬੈਠ ਜਾਂਦੇ ਨੇ? ਉਹ ਤੈਨੂੰ ਦੱਸਣ ਵਾਸਤੇ ਬੈਠਦੇ ਨੇ। ਕਦੀ ਵੀ ਇਸ ਸਫੇ ਮਾਤਮ ਨੂੰ ਬੇਵਾਰਸ ਨਾ ਸਮਝੀ। ਅੱਲਾਹ ਤੁਹਾਡੀ ਜ਼ਿੰਦਗੀ ਕਰੇ ਭਾਈ, ਮੇਰੀ ਮਿਹਨਤ ਪੂਰੀ ਹੋ ਗਈ, ਅੱਲਾਹ ਤੁਹਾਡੀ ਇਬਾਦਤ ਕਬੂਲ ਫਰਮਾਇਆ ਜੀ। ਬਿਸਮਿਲ੍ਲਾ ਕਰਾਂ ਬਾਦਸ਼ਾਹ ਜੀ। ਉਹ ਤੈਨੂੰ ਮੈਨੂੰ ਦੱਸਣ ਵਾਸਤੇ ਆਉਂਦੇ ਕਿ ਮਤਨ ਦਿਲ 'ਚ ਖਿਆਲ ਕਰੇ ਇੱਥੇ ਬੈਠਾ ਕੋਈ ਨਹੀਂ, ਜਾਂ 10 ਬੰਦੇ ਬੈਠੇ ਜਾਂ 50 ਬੰਦੇ ਬੈਠੇ ਅਤੇ ਇਹ ਮਜਲਸ ਨਹੀਂ, ਇਸ ਨੂੰ ਬੇਵਾਰਸ ਨਾ ਸਮਝੀ। ਇਹ ਵੱਡੇ ਵਾਰਸਾਂ ਵਾਲੀ ਹੈ ਅਤੇ ਅਸੀਂ ਅਰਸ਼ੀ 'ਤੇ ਤੋਂ ਪਹਿਲੇ ਆਏ ਬੈਠੇ ਹਾਂ, ਅਸੀਂ ਅਰਸ਼ ਤੋਂ ਪਹਿਲੇ ਤੇਰੇ ਵਾਸਤੇ ਫਰਸ਼ 'ਤੇ ਆਇਆ ਬੈਠਾ। ਤੈਨੂੰ ਇਸ ਮਜਲਸ ਦੇ ਮੁਕਾਮ ਦਾ ਇਲਮ ਨਹੀਂ, ਤੂੰ ਆਪਣੇ ਘਰਾਂ 'ਚ ਜਿੱਥੇ ਤੱਕ ਬੈਠਾ ਹੈ। ਕੈਸਾ ਉਹ ਬਦਨਸੀਬ ਇਨਸਾਨ ਹੈ ਇਸ ਖੁਦਾ ਦੀ ਖੁਦਾਈ ਦੇ ਵਿੱਚ ਕਿ ਜਿਸ ਦੇ ਵਤਨ 'ਚ, ਜਿਸ ਦੇ ਗਿਰਾਂ 'ਚ, ਜਿਸ ਦੇ ਸ਼ਹਿਰ 'ਚ 14 ਆਏ ਬੈਠੇ ਹੋਵੇਣ ਤਾਂ ਉਹ ਆਪਣੇ ਘਰ 'ਚ ਅਜੇ ਬੈਠਾ। ਉਹ ਮਜਲਸ ਦਾ ਮੁਕਾਮ ਸਮਝ, ਤੇਰੇ ਆਉਣ 'ਤੇ ਵੀ ਹੋ ਜਾਣੀ, ਤੇਰੇ ਨਾ ਆਉਣ 'ਤੇ ਵੀ ਹੋ ਜਾਣੀ ਹੈ, ਤੇਰੇ ਬੋਲਣ 'ਤੇ ਵੀ ਹੋ ਜਾਣੀ, ਤੇਰੇ ਨਾ ਬੋਲਣ 'ਤੇ ਵੀ ਇਹ ਹੋ ਜਾਣੀ। ਕਿਹੜੀ ਸੋਹਣੀ ਹੋ ਗਈ ਹੈ ਇਹਦਾ ਮੁਕਾਮ ਤਾਂ ਸਮਝਣਾ। ਜਿੱਦਣ ਤੈਨੂੰ ਇਹਦੀ ਸਮਝ ਆ ਗਈ ਫਿਰ ਤੂੰ ਉੱਥੇ ਚੌਕ 'ਚ ਖਲੋਣਾ ਹੀ ਨਹੀਂ, ਇੱਥੇ ਨਿਕਲ ਕੇ ਬਾਹਰ ਜਾ ਕੇ ਦੇਖੋ ਉੱਥੇ 20-25 ਜਣੇ ਖਲੋਤੇ ਨੇ ਤਾਂ ਪੁੱਛੋ ਤੇ ਅਲੀ ਦੇ ਸ਼ੀਆਂ ਹੁਣ ਵਾਰਸ ਇੱਥੇ ਬੈਠੇ ਹੋਣ, ਅਸੀਂ ਉੱਥੇ ਥੜਿਆਂ 'ਤੇ ਸੀਟਾਂ ਲਾਈਆਂ ਹੋਣ ਅਤੇ ਸ਼ਾਮੀ ਆਖਣ ਸਾਨੂੰ ਦਿੰਦੇ ਨਹੀਂ, ਸਾਨੂੰ ਮੰਗਣ ਦਾ ਵੱਲ ਕਦੋਂ ਆਇਆ ਜੋ ਸਾਨੂੰ ਤੁਹਾਡਾ ਭਲਾ ਹੋ ਜਾ ਜੀ।
ਤੇਰੀ ਆਖਰਤ ਲਈ ਕਿਸੇ 'ਤੇ ਹਿੱਟ ਨਹੀਂ ਕਰ ਰਿਹਾ, ਕਿਸੇ 'ਤੇ ਅਟੈਕ ਨਹੀਂ ਕਰ ਰਿਹਾ। ਮੇਰੀ ਆਦਤ ਹੀ ਨਹੀਂ, ਮੈਂ ਸਜ਼ਾਕਰ ਹੀ ਨਹੀਂ ਕਿਸੇ 'ਤੇ ਹਿੱਟ ਕਰਾਂ, ਕਿਸੇ 'ਤੇ ਅਟੈਕ। ਕਬਰ ਦੀ ਰਾਹ ਸਿੱਧੀ ਹੈ, ਕਰ ਲੈ, ਨਹੀਂ ਤਾਂ ਆਪਣੀ ਆਪਣੀ ਕਬਰ ਹੈ। ਤੇਰੀ ਕਬਰ 'ਚ ਮੈਂ ਨਹੀਂ ਜਾਣਾ, ਮੇਰੀ 'ਚ ਤੂੰ ਨਹੀਂ ਆਉਣਾ। ਉਹ ਭਾਈ ਮੈਂ ਤਾਂ ਸਮਝੇ ਇਹ ਜ਼ਿੰਦਗੀ ਵੱਧਦੀ ਪਈ ਹੈ ਘੱਟਦੀ ਪਈ ਹੈ। ਹਾਏ ਜਿਹੜਾ ਦਿਨ ਅੱਜ ਗੁਜ਼ਰ ਗਿਆ ਨਾ, ਕੱਲ੍ਹ ਤੂੰ ਪਛਤਾਉਣਾ ਹੈ ਉਸ ਦਿਨ। ਤੁਹਾਡੀ ਜ਼ਿੰਦਗੀ ਹੋਵੇ ਜੀ, ਤੁਹਾਡਾ ਭਲਾ ਹੋਵੇ ਜੀ, ਕੱਲ੍ਹ ਤੂੰ ਉਸ ਵਕਤ ਨੂੰ ਪਛਤਾਉਣਾ ਹੈ। ਮੈਂ ਕੀ ਗਵਾ ਬੈਠਾ। ਇਹ ਜਮਾ ਤੋਂ ਆਉਂਦਾ ਪਿਆ ਤਾਂ ਫਿਰ ਇਹ ਨਮਾਜ਼ ਦੀ ਪਹਿਲੀ ਸਭ ਥੋੜ੍ਹੀ ਜਿਹੀ ਖਾਲੀ ਹੈ, ਨਾਰਾਜ਼ ਜੇ ਨਾ ਹੋ ਬੰਦੇ ਬੈਠੇ ਤਾਂ ਬਜ਼ੁਰਗ ਹੋ ਸਾਰੇ, ਚਲੋ ਬੈਠੇ ਬੈਠੇ ਦੋ ਦੋ ਕਦਮ ਅੱਗੇ ਹੋ ਜਾਓ। ਇਹ ਆਮਦੋ ਰਫਤ ਹੋ ਗਈ ਹੈ ਤਾਂ ਫਿਰ ਉਹ ਸਾਰੇ ਤੁਹਾਡੀ ਮਿਹਰਬਾਨੀ, ਨਾਰਾਜ਼ ਵੀ ਕੋਈ ਨਾ ਹੋਣਾ, ਬਜ਼ੁਰਗ ਵੀ ਬੈਠੇ ਨੇ ਅਤੇ ਜਵਾਨ ਵੀ, ਸਾਰੇ ਹੀ ਸਾਰੇ ਹੀ ਆ ਵਿਚਲੀ ਸਫ ਜਿਹੜੀ ਹੈ ਨਾ। ਹਾਂ, ਨਮਾਜ਼ ਦੀ ਸਫ਼ 'ਚ ਹੁਕਮ ਹੈ ਪਹਿਲੇ ਪੂਰੀ ਕਰ ਲਓ, ਫਿਰ ਪਿਛਲੀਆਂ 'ਚ ਆਪੇ ਬੰਦ ਕਰੋ। ਦੁਆ ਕਰੋ ਇਸ ਭਾਈ ਦੇ ਵਾਸਤੇ ਸਾਰੇ, ਅੱਲਾਹ ਦਾ ਪ੍ਰੋਗਰਾਮ ਸੈੱਟ ਕਰ ਦੇਵੇ ਅਤੇ ਇਹ ਕਿਤੇ ਬਹਿ ਜਾਵੇ, ਭਲਾ ਹੋਵੇ ਜੀ ਤੁਹਾਡਾ। ਅੱਲਾਹ ਤੁਹਾਡੀ ਜ਼ਿੰਦਗੀ ਕਰੇ, ਬੇਫਿਕਰ ਹੋ ਜਾਓ ਜਨਾਬ, ਪੜ੍ਹਨ ਹੀ ਆਏ। ਓ ਹੋ ਹੋ, ਇਨਸਾਨ ਬਹੁਤ ਪਿੱਛੇ ਜਾ ਰਿਹਾ, ਬਜ਼ੁਰਗ ਬਹੁਤ ਪਿੱਛੇ ਇਨਸਾਨ ਜਾ ਰਿਹਾ। ਜੇ ਮੈਨੂੰ ਪਹਿਲਾਂ ਖੜਾ ਕਰ ਦਿੱਤਾ ਨਾ ਤਾਂ ਮੈਂ ਇਨਸ਼ਾਅੱਲਾ ਤੇਰਾ ਮਾਹੌਲ ਸੈੱਟ ਕਰਕੇ ਜਾਵਾਂਗਾ। ਮਜਲਸਾਂ ਮੇਰੀਆਂ ਕਾਫੀ ਹਨ, ਲੇਕਿਨ ਮੈਂ ਤੈਨੂੰ ਦੱਸਿਆ ਟਾਲਣਾ ਹੈ ਹੀ ਕੋਈ ਨਹੀਂ। ਇਹ ਮਜਲਸ ਦਾ ਮੁਕਾਮ ਹੀ ਅਗਰ ਸਮਝ ਆ ਜਾਏ ਨਾ ਭਾਈਜਾਨ ਕਿ ਇਹ ਮਜਲਸ ਕਿਆ ਹੈ, ਕਹਾਣੀ ਇੱਥੇ ਬਣ ਗਈ। ਰੱਬੇ ਮੁਹੰਮਦ ਦੀ ਕਸਮ, ਕੁਛ ਲੋਕਾਂ ਨੂੰ ਪਤਾ ਹੀ ਨਹੀਂ। ਜਿਹਨਾਂ ਨੂੰ ਪਤਾ ਨਹੀਂ ਇਸ ਮਜਲਸ ਦਾ, ਉਹ ਤੇਰੇ ਸਾਹਮਣੇ ਕੀ ਆਖਦੇ ਨੇ? ਉਹ ਤੈਨੂੰ ਆਖਦੇ ਨੇ, ਤੂੰ ਪੁੱਛੇ ਕਿੱਧਰ ਜਾ ਰਿਹਾ? ਉਹ ਯਾਰ, ਉਹ ਸਾਡੇ ਆਇਆ ਸੀ ਮਜਲਸ 'ਤੇ, ਤੂੰ ਮੈਂ 10 ਮਿੰਟ ਮੂੰਹ ਵਿਖਾਵਾਂ। ਨਹੀਂ ਗੱਲਾਂ ਹੁੰਦੀਆਂ ਜੀ ਬਜ਼ੁਰਗ ਭਾਈਜਾਨ, ਬਜ਼ੁਰਗ ਹੁੰਦੀਆਂ। ਉਹ ਸਾਡੇ ਆਇਆ ਸੀ ਅਤੇ ਅਸੀਂ ਉਹਨੂੰ, ਫਿਰ ਤੂੰ ਉਹਨੂੰ ਹੀ ਮੂੰਹ ਵਿਖਾਉਣ ਆਇਆ ਹੈ, ਤੂੰ ਇਮਾਮ ਹੁਸੈਨ ਨੂੰ ਵਿਖਾਉਣ ਨਹੀਂ ਆਇਆ ਯਾਰ। ਦੇਖੋ ਭਾਈ, ਨਾਰਾਜ਼ ਨਾ ਹੋਣਾ, ਖਾਸ ਜੇ ਬੰਦੇ ਬੈਠੇ ਹੋ। ਡਨ ਰਵਾਇਤ ਹੈ ਜਿਸ ਵਿੱਚ ਗੁੰਜਾਇਸ਼ ਹੈ ਹੀ ਨਹੀਂ, ਕਿਸੇ ਮੁਜਤਹਿਦ ਨੂੰ ਪੁੱਛ ਲਈ, ਅਲਵੀ ਦੀ ਗੱਲ ਗਲਤ ਕਰਕੇ ਵਿਖਾਵੇ, ਮੈਂ ਤੈਨੂੰ ਲਿਖ ਕੇ ਦੇਣਾ ਬਾਜ਼ਾਰ ਦੇ ਚੌਕ 'ਚ, ਮੇਰੀ ਜ਼ੁਬਾਨ ਕੱਟ ਦਈ, ਮੈਨੂੰ ਕੋਈ ਮੇਰਾ ਵਾਰਸ ਤੈਨੂੰ ਪੁੱਛੇਗਾ ਹੀ ਨਹੀਂ। ਐਲਵੀ ਨੇ ਆਪ ਲਿਖ ਕੇ ਦਿੱਤਾ, ਮੈਨੂੰ ਸਾਬਤ ਕਰਕੇ ਵਿਖਾ ਦੇ ਜੇ ਬਾਤ ਗਲਤ, ਮੁਜਤਹਿਦ ਤੱਕ ਆਖਣਗੇ ਵਾਹ ਠੀਕ ਹੋਇਆ, ਬੜਾ ਸੋਹਣਾ ਹੋਇਆ। ਕਿ ਇੱਕ ਆਂਸੂ ਦੇ ਬਦਲੇ 'ਚ ਖੁਦਾ ਜੰਨਤ ਦਿੰਦਾ ਜਿਹੜਾ ਸ਼ਬੀਰ ਦੇ ਗਮ 'ਚ ਨਿਕਲ ਜਾਏ। ਤੁਹਾਡਾ ਭਲਾ ਹੋ ਜਾਏ ਜੀ, ਤੁਹਾਡਾ ਭਲਾ ਹੋ ਜਾਏ ਜੀ। ਬਿਸਮਿਲ੍ਲਾ, ਮਾਲਕ ਹੁਸੈਨ ਤੁਹਾਡੇ ਘਰਾਂ 'ਚ ਰਹਿਮਤਾਂ ਦੇ ਨਜ਼ੂਰ। ਮੈਂ ਤਾਂ ਮਸਕੀਨ ਜਿਹਾ ਬੰਦਾ, ਤਾਂ ਇਤਨੀ ਦੁਆ ਦੇ ਦਿੱਤੀ ਹੈ, ਤੇਰਾ ਭਲਾ ਹੋਵੇ, ਤੁਹਾਡਾ ਸਾਰਿਆਂ ਦਾ ਭਲਾ ਹੋਵੇ। ਫਲ ਜਦੋਂ ਵੀ ਤੂੰ ਵੇਖੇਗਾ ਨਾ, ਝੁਕੀ ਟਹਿਣੀ 'ਤੇ ਲੱਗੇਗਾ ਤਾਂ ਇੰਨਾ ਕੁ ਲੱਗੇਗਾ
ਉਹ ਝੁਕੀ ਹੋਈ ਹੋਏਗੀ। ਉਹ ਝੁਕੀ ਨਹੀਂ, ਉਹ ਤੈਨੂੰ ਦੱਸਦੀ ਪਈ ਏ, ਵੇਖ ਖੁਦਾ ਨੇ ਮੇਰੇ ਤੇ ਕਿਤਨੀ ਕਰੀਮੀ ਕੀਤੀ ਏ, ਮੈਂ ਉਹਦੇ ਸਜਦੇ 'ਚ ਝੁਕੀ ਹੋਈ। ਹਾਏ ਹਾਏ ਗੱਲ ਚੋ ਗੱਲ ਕੱਢੇ ਉਸਨੂੰ ਅਲਵੀ ਯਾਦ ਹੈ। ਉਹ ਚੁੱਕੀ ਹੋਈ ਕਦੀ ਖਲੋਤੀ ਟਹਿਣੀ ਤੇ ਵੀ ਵੇਖਿਆ ਹੈ? ਕੋਈ ਇੱਕ ਅੱਧਾ ਮਰੂਦ ਲੱਗਾ ਹੁੰਦਾ, ਉਹ ਵੀ ਬਾਲ ਲੰਘ ਦੇ ਮਾਰ ਕੇ ਛੋਟੀ ਥੱਲੇ ਚੁੱਕੀਆਂ ਟਹਿਣੀਆਂ ਤੇ ਫਲ। ਇਮਾਮ ਹੁਸੈਨ ਦੀ ਸਫ਼ੇ ਮਾਤਮ ਤੇ ਆਵੇ ਨਾ ਭਾਈ ਤੇ ਝੁੱਕ ਕੇ ਆਵੀ। ਬਹੁਤ ਬੜਾ ਅਮਲ ਦੱਸਣ ਲੱਗਾ ਜਿਹੜੇ ਬੰਦਿਆਂ ਦੀ ਦੀਦ ਮੇਰੇ ਪਾਸੇ ਹੈ। ਇੱਥੇ ਕਦੀ ਨਵਾਬ ਬਣ ਕੇ ਨਾ ਆਵੀ, ਇੱਥੇ ਜਦੋਂ ਆਵੀ ਫਕੀਰ ਬਣ ਕੇ ਆਵੀ, ਨਿਤੰਨਾ ਆਵੀ। ਨਵਾਬ ਬਣਨਾ ਹੀ ਤਾਂ ਨਵਾਬੀ ਘਰ ਛੱਡ ਕੇ ਆਵੀ। ਅਗਰ ਤੂੰ ਫਕੀਰ ਬਣ ਕੇ ਆਇਆ ਤੂੰ ਖਾਲੀ ਝੋਲੀ ਆਣਿਆ, ਸਾਈਆਂ ਕਹਿਣਾ ਚੁੱਕ ਖਾਂ ਕਿਤਨਾ ਕੁ ਚੁੱਕ ਸਕਦਾ। ਮਜਲਸ ਦਾ ਮੁਕਾਮ ਤੈਨੂੰ ਪਤਾ ਸੀ, ਇਸ ਸਫੇ ਮਾਤਮ ਦਾ ਮੁਕਾਮ ਤੈਨੂੰ ਪਤਾ। ਪੜ੍ਹਨਾ ਕੁਛ ਹੋਰ ਹੈ ਲੇਕਿਨ ਬਸ ਅੱਜ ਦੀ ਮਜਲਸ ਵਿੱਚ ਇਹ ਮੁਕਾਮ ਹੀ ਸਮਝ ਲੈ, ਇਹਦਾ ਮੁਕਾਮ ਕਿਆ ਹੈ। ਸ਼ਾਮ ਤੱਕ ਮਜਲਸ ਹੋਣੀ ਹੈ, ਬੜੇ ਜ਼ਾਕਿਰ ਪੜ੍ਹਨੇ, ਮੁਕਾਮ ਹੀ ਸਮਝ ਲੈ। ਚਲੋ ਅਗਲੀਆਂ ਕਹਾਣੀਆਂ ਹੋਰ ਬਣ ਜਾਣ। ਗੱਲ ਬਜ਼ੁਰਗੋ ਮੈਂ ਕਰਦਾ ਪਿਆ, ਡਨ ਰਵਾਇਤ ਹੈ ਇਮਾਮ ਹੁਸੈਨ ਦੇ ਗਮ ਵਿੱਚ ਅਥਰੂ ਨਿਕਲਿਆ, ਉਸ ਬੰਦੇ 'ਤੇ ਜੰਨਤ ਵਾਜਬ ਹੈ ਜਿਸਦਾ ਅਥਰੂ ਇਮਾਮ ਹੁਸੈਨ ਦੇ ਗਮ ਵਿੱਚ ਨਿਕਲ ਗਿਆ। ਨਾਰਾਜ਼ ਨਾ ਹੋਵੀਂ ਭਾਈ, ਉਹ ਅਥਰੂ ਲੱਭ ਕੇ ਕੱਢੀ ਕਿ ਕਿਵੇਂ ਕੱਢਣਾ ਚਾਹੀਦਾ। ਉਹ ਕਿਸੇ ਦੇ ਤਲਕ 'ਤੇ ਨਾ ਕੱਢਦਾ ਹੀ। ਬੜੀਆਂ ਗੰਦੀਆਂ ਹਵਾਵਾਂ ਚੱਲਦੀਆਂ ਪਈਆਂ ਇਸ ਵੇਲੇ ਮੁਲਕ ਦੇ ਵਿੱਚ। ਇਹੋ ਹੀ ਇੱਕ ਸਾਡੀ ਇਬਾਦਤ ਹੈ ਭਾਈ ਜਾਨ, ਜਿਸ 'ਤੇ ਯਕੀਨ ਨਹੀਂ, ਯਕੀਨੇ ਕਾਮਲ ਹੈ ਕਿ ਅਸੀਂ ਇਸ ਦੇ ਸਦਕੇ 'ਚ ਪਾਰ ਲੰਘਣਾ। ਬਾਕੀ ਸਾਡੇ ਦਾਮਨ 'ਚ ਕੋਈ ਐਸੀ ਸ਼ੈ ਹੈ ਹੀ ਨਹੀਂ, ਕਿਸੇ ਨੂੰ ਆਖਣ ਦੀ ਗੱਲ ਹੀ ਨਹੀਂ ਹੈ। ਆਪਣਾ ਗਿਰੇਬਾਨ ਖੋਲੋ, ਜਾਤੀ ਪਾਓ, ਤਖਤੀ ਸਾਰਿਆਂ ਦੇ ਸਾਹਮਣੇ ਆ ਜਾਣੀ। ਕੀਤਾ ਸਾਰਾ ਕੁਛ ਸਾਹਮਣੇ ਆ ਜਾਣਾ। ਦਰਵਾਜ਼ੇ ਬੰਦ ਦੀ ਨਜ਼ਰ ਦੇਣ ਹਰ ਪਾਸੇ, ਗੁਨਾਹ ਦੀ ਦਲਦਲ ਦੇ ਵਿੱਚ ਲਿਬੜਿਆ ਹੀ ਹਰ ਬੰਦਾ ਦਿਸਦਾ ਹੈ। ਲੇਕਿਨ ਇਹ ਇਬਾਦਤ ਇੱਕ ਐਸੀ ਇਬਾਦਤ ਹੈ ਜਿਸ ਦੇ ਸਦਕੇ 'ਚ ਸਾਈਆਂ ਆਖਣਾ ਚੱਲ ਲੱਗ ਜਾ। ਇਹਨੂੰ ਇਹਦੇ 'ਚ ਦੋ ਨੰਬਰ ਹੀ ਨਾ ਕਰਿਆ ਕਰ। ਕੁਛ ਬੰਦੇ ਤੇਰੀ ਇਬਾਦਤ ਜ਼ਾਇਆ ਕਰਦੇ ਨੇ ਦੋ ਨੰਬਰ ਹੀ ਕਰਕੇ, ਪਿੱਛੋਂ ਵੈਗਨਾ ਭਰੀ ਲਿਆਏ ਇੱਥੇ ਬਾਂ ਬਾਂ ਨਾਰੇ, ਤੂੰ ਵੇਖਿਆ ਬੜਾ ਜ਼ਾਕਿਰ, ਤੈਨੂੰ ਪਤਾ ਹੀ ਨਹੀਂ। ਇਮਾਮ ਹੁਸੈਨ ਨਾਲ ਧੋਖਾ ਨਾ ਕਰੀ ਨਹੀਂ ਤਾਂ ਰੁੱਲ ਜਾਏਗਾ। ਹਾਏ ਹਾਏ ਬਈ, ਹਜ਼ਾਰਾਂ ਸਲਾਮ ਹਨ ਬਈ ਜਿਹੜੇ ਅਸੀਂ ਗੱਲਾਂ 'ਤੇ ਬੋਲਦੇ ਬੈਠੇ ਹੋ ਬਈ। ਖੁਦਾ ਤੁਹਾਡੀ ਇਬਾਦਤ ਕਬੂਲ ਫਰਮਾਏ, ਚੱਲ ਸਦਾ ਜੀਓ। ਇਹ ਤਾਂ ਗੱਲਾਂ ਬੋਲਣ ਦੀਆਂ ਨਾ। ਕੁਛ ਲੋਕ ਇਮਾਮ ਹੁਸੈਨ ਨਾਲ ਵੀ ਦੋ, ਇਮਾਮ ਹੁਸੈਨ ਨਾਲ ਉਹਨਾਂ ਧੋਖਾ ਕੀ ਕਰਨਾ, ਉਹ ਆਪਣੀ ਕਬਰ ਦੀ ਰਾਤ ਗੰਦੀ ਪੈਂਦੀ। ਇਮਾਮ ਹੁਸੈਨ ਨਾਲ ਉਹਨਾਂ ਕੀ ਕਰਨਾ ਹੈ, ਉਹ ਆਪਣੀ ਆਖਰਤ ਗੰਦੀ ਪੈ ਕਰਦਾ। ਉਹਨਾਂ ਨੂੰ ਯਕੀਨ ਹੀ ਨਹੀਂ ਰਹਿ ਗਿਆ, ਉਹਨਾਂ ਦਾ ਯਕੀਨ ਬੰਦਿਆਂ 'ਤੇ ਖਲੋ ਗਿਆ। ਇੰਜ ਕਰਾਂਗੇ ਦਾਵਤਾਂ ਬਹੁਤੀਆਂ ਮਿਲਣਗੀਆਂ ਅਤੇ ਰਿਜ਼ਕ ਬਹੁਤਾ ਆਏਗਾ। ਇਹੋ ਹੀ ਰੌਲਾ ਨਾ, ਇਹੋ ਹੀ ਰੌਲਾ ਨਾ।
जनाबे अमीर फरमेंदे तू रिजक दे पिछे दौड़, रिजक तेरे तो इतना अग्गे दौड़ेगा तेरे हाथ ही नहीं आएगा। आए आ जाओ इतने आ जाओ इतने आ जाओ। जनाबे अमीर दा फरमान है, मौला अली दा फरमान है। आदि फरमेंदे अगर तू बिस्मिल्लाह रिजक दे पिछे दौड़ेगा, तवज्जो जो कुछ मैं तन सुनाना ना वो मैं ही सुना। हर बोली हर रंग हर बुलबुल अपने अपने रंग च चह गई, उसकी अपनी अपने क्योंकि पांका का दरबार जो ऐसा है, हर बुलबुल अपने अपने रंग च बोलनी आई, ये भी बुलबुल अपने रंग च बोलती पई आई। ते कोई बुलबुल दी आवाज़ एडी क सोहनी होंदी है वो इत्थे बह जांदी है ते बंदा बड़ी दूर निकल जांदा है। चहक दी हर बुलबुलिए चहक दी हर बुलबुलिए बोली हर बुलबुल जानदी है। एडी वड्डी इबादत, इतनी बड़ी इबादत। या ईमान छड़ दे जो पाक नहीं आंदे मजलिस च, अपनी कहानी टोरी रख जिवें टुरदी, जे पाक आंदे तो फिर नौकर दा हक बनता है सरदारां दे सामने, जिवें खलोना चाहिदा है ओवें खलोवे, फिर मुलाजम दा हक ही है वारसां दे सामने। जिवें रोटियां तो दो ही ने ना बजुर्गो, एहो ही खानियां ते पिछलियां ते की अमीर छड्डण दा है। बंदे सयाने बैठे ने मेरे सामने, मजलिस दी जीनत लोग बैठे ने, पंचायतों के फैसले करने वाले लोग भी बैठे ने, मैं कोई डगोरे अज आया जो मैं नहीं पता, मैं बाला नूं भी जानना। जितनी जिंदगी है 14 तो मैं ऐ मजलिस ते मैं पढ़नी पढ़नी, किधरे भी होवा रब्बे मोहम्मद की कसम किधरे भी होवा नहीं। ये प्यार ही इन्ना क दें दे, मौला इन्होंने शफा देवे, मौला इन्होंने सेहत देवे। वो जरा बाहर बैठा है मौला वो रिजक च इतना का इजाफा फरमा दे है, जहान वो मंग के खावे तो मुके कोई ना। माचा हुसैन तुहाडे घर च इतनी रहमत फरमावे, करोड़ा तेरे सवाले ते सवाली आन के मंगन, तू किसे सवाली नू खराज देवन तो पिछे ना हटे। दे दे के टोरी लेकिन कोशिश करी देवी ओनू जेड़ा विलायत अली च पाए, तेरी जिंदगी हो तेरी जिंदगी हो। जेड़ा मोहब्बत अली च कायम होवे, जेड़ा मौला अली नाल सौदेबाजी ना करदा पिया। आदि फरमेंदन रिजक ते तो अगे दौड़ जाएगा। किसी बंदे की गल समझ आई है, किसी बंदे दी च नहीं आई कि देवी उसनू जेड़ा इत्थों कायम होवे। बोलन ना बोलन मुकद्दर दी बात आई, दूर तक आवाज़ जा रही बल्कि सारी दुनिया च जा रही। गल मैं करन लगा पत्थर ते लिख आई, दुश्मने अली तेरे सामने कुरान आन के पढ़े ना दई। मौला अली दा बुग्ज रखन वाला, मौला अली ते गुस्ताखी करन वाला जनाबे अमीर दा दुश्मन कुरान पढ़े तेरे बूहे ते आके ते मंगे ते ना देवी। असाई तेरे दरवाजे ते आन के आखे 5, 12, 14 दा सदका दे सोची ना दे। हलाई 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 जे मैं बिस्मिल्लाह करा सी हलाई जे तेरी हिल दी तेरी जवानी सलामत हो जा। या
ਹਰ ਜ਼ੁਬਾਨ ਹੀ ਬੋਲ ਪਈ। ਦੋ ਕੁ ਬੰਦੇ ਨੇ ਜਿਹੜੇ ਬਿਟਰ ਬਿਟਰ ਮੈਨੂੰ ਤੱਕਦੇ ਪਏ ਨੇ, ਪਤਾ ਨਹੀਂ ਉਹਨਾਂ ਨੂੰ ਗੱਲ ਨਹੀਂ ਸਮਝ ਆਈ ਜਾਂ ਉਹਨਾਂ ਦਾ ਪ੍ਰੋਗਰਾਮ ਨਹੀਂ ਇਸ ਜ਼ਿਕਰ 'ਚ ਬੋਲਣ ਦਾ, ਸਮਝਾ ਦੇਣਾ ਤਾਂ ਕਿ ਉਹ ਵੀ ਜ਼ੁਬਾਨਾਂ ਬੋਲ ਪੈਣ। ਜਨਾਬ ਅਮੀਰ ਦੇ ਮੰਨਣ ਵਾਲਾ ਕੋਈ ਹੋਵੇ ਮੰਗੇ ਦੇ ਦਈ, ਦੁਸ਼ਮਣ ਹੋਵੇ ਅਲੀ ਉਨ ਵਲੀ ਅੱਲਾ ਪੜ੍ਹਦਾ ਤਾਂ ਤੂੰ ਨਾ ਦੇਵੀਂ, ਤੂੰ ਦਏਗਾ ਉਹ ਰੱਜ ਕੇ ਸ਼ਾਮ ਨੂੰ ਮੌਲਾ ਅਲੀ ਨੂੰ ਪਹੁੰਚੇਗਾ, ਤੇਰਾ ਕਿੱਥੋਂ ਲੱਗ ਜਾਏਗਾ। ਹਾਏ ਹੁਣ ਸਮਝ ਆਈ ਹੈ ਮੇਰੀ ਗੱਲ ਦੀ, ਭਲਾ ਹੋਵੇ ਜੇ ਤੁਹਾਡਾ ਤੁਸੀਂ ਵੀ ਬੋਲ ਪਏ ਹੋ, ਤੁਹਾਡੀ ਜ਼ਿੰਦਗੀ ਹੋਵੇ। ਅਬਦੁੱਲਾ ਨਾਮੀ ਸ਼ਖਸ ਹੈ ਬਜ਼ੁਰਗੋ, ਸਹਾਬੀ ਹੈ ਸਰਕਾਰ ਦਾ, ਸਰਕਾਰ ਫਰਮਾਇਆ ਅਬਦੁੱਲਾ ਆ, ਮਤਲਬ ਕਿਤੇ ਨਮਾਜ਼ ਪੜ੍ਹੀ ਬਿਸਮਿਲ੍ਲਾ, ਚਲੋ ਜੀ। ਇਹ ਆਦਾ ਜਨਾਬ ਅਮੀਰ ਅੱਗੇ ਤੁਰ ਪਏ ਤਾਂ ਮੈਂ ਪਿੱਛੇ ਪਿੱਛੇ ਤੁਰ ਪਿਆ। ਇਹ ਆਦਾ ਤੁਰਦੇ ਪਏ ਤਾਂ ਰਸਤੇ ਦੇ ਵਿੱਚ ਇੱਕ ਕਮਰਾ ਹੈ, ਉਸ ਕਮਰੇ ਦੇ ਅੰਦਰੋਂ ਕੁਰਾਨ ਪੜ੍ਹਨ ਦੀ ਆਵਾਜ਼ ਬੜੀ ਸੋਹਣੀ ਆਈ। ਦੁਸ਼ਮਣ ਅਲੀ ਦਾ ਮੰਗੇ ਤਾਂ ਨਾ ਦੇਵੀ, ਕੁਰਾਨ ਪੜ੍ਹਨ ਦੀ ਆਵਾਜ਼। ਕੁਰਾਨ ਦਾ ਕਾਰੀ ਬੜੇ ਸੋਹਣੇ ਲਾਜੇ 'ਚ ਆ ਗਏ ਹੋ ਤਾਂ ਮੇਰੇ ਪਾਸੇ ਤਵੱਜੋ ਕਰੋ, ਅੱਲਾ ਤੁਹਾਡੀ ਵੀ ਮੁਸ਼ਕਲ ਆਸਾਨ ਕਰੇਗਾ। ਇਹਨੂੰ ਖਲਾਰੋ ਤਾਂ ਅੱਲਾਹੁ ਅਕਬਰ। ਕੁਰਾਨ ਅਦਾ ਕਾਰੀ ਐਡਾ ਸੋਹਣਾ ਕੁਰਾਨ ਪਿਆ ਪੜ੍ਹੇ, ਅੱਜ ਮੇਰੇ ਕਦਮ ਰੁਕ ਗਏ ਵੀ ਐਡਾ ਸੋਹਣਾ ਕਾਰੀ ਕੁਰਾਨ, ਵਾਹ ਵਾਹ। ਥੋੜ੍ਹਾ ਜਿਹਾ ਕੁਰਾਨ ਤਾਂ ਸੁਣਾ, ਉਦੋਂ ਮੈਂ ਖੜ ਗਿਆ ਤਾਂ ਕੁਰਾਨ ਸੁਣਨਾ ਸ਼ੁਰੂ ਕੀਤਾ। ਅੱਗੇ ਆ ਜਾਓ ਦਰਵਾਜ਼ੇ 'ਚੋਂ, ਇੱਧਰ ਆ ਜਾਓ, ਜਗ੍ਹਾ ਜੋ ਹੈ ਇੱਥੇ ਆ ਜਾਓ, ਆਓ ਗੁਜ਼ਰ ਆਓ, ਆ ਜਾਓ ਆ ਜਾਓ। ਐਡਾ ਸੋਹਣਾ ਕਾਰੀ ਕੁਰਾਨ, ਉਦੋਂ ਮੇਰੇ ਕਦਮ ਰੁਕ ਗਏ, ਮੈਂ ਉਹਦਾ ਕੁਰਾਨ ਸੁਣਨਾ ਸ਼ੁਰੂ ਕੀਤਾ। ਆ ਤਾਂ ਮਸਜਿਦ ਦੇ ਦਰਵਾਜ਼ੇ 'ਤੇ ਜਾ ਕੇ ਜਨਾਬ ਅਮੀਰ ਫਰਮਾਇਆ, ਓ ਅਬਦੁੱਲਾ ਜੀ ਬਸ ਇੱਥੇ ਰੁਕ ਗਿਆ, ਛੇਤੀ ਆ ਨਮਾਜ਼ ਦਾ ਵੇਲ। ਅੱਧ ਮੈਂ ਟੁਰਿਆ ਤਾਂ ਕਰੀਬ ਗਿਆ, ਅੱਲਾ ਜਨਾਬ ਅਮੀਰ ਫਰਮਾਇਆ ਉੱਥੇ ਕਿਉਂ ਰੁਕਿਆ ਹੈ? ਬੋਲੋ ਕਾਰੀ ਕੁਰਾਨ ਬੜਾ ਸੋਹਣਾ, ਐਡਾ ਸੋਹਣਾ ਕੁਰਾਨ ਪਿਆ ਪੜ੍ਹਦਾ। ਸਰਕਾਰ ਫਰਮਾਇਆ ਬੜਾ ਹੀ ਸੋਹਣਾ ਪੜ੍ਹਦਾ, ਇਹਨੂੰ ਫਾਇਦਾ ਕੋਈ ਨਹੀਂ ਹੋਇਆ। ਚਿੱਟੀਆਂ ਦਾੜੀਆਂ ਵਾਲੇ ਬਜ਼ੁਰਗ ਬੋਲ ਪੈਣਾ, ਹੋਰ ਅਬਦੁੱਲਾ ਦਾ ਮੇਰੀ ਫਿਰਕੀ ਫਿਰ ਗਈ, ਐਡਾ ਸੋਹਣਾ ਕਾਰੀ ਕੁਰਾਨ ਪਿਆ ਪੜ੍ਹਦਾ ਤੇ ਮੌਲਾ ਅਲੀ ਫਰਮਾ ਰਹੇ ਨੇ ਇਹਨੂੰ ਫਾਇਦਾ ਕੋਈ। ਅਬਦੁੱਲਾ ਦਾ ਮੈਂ ਸੋਚਣ ਲੱਗ ਪਿਆ ਗੱਲ ਕਿੱਧਰ ਚਲੀ ਗਈ। ਆਦਾ ਮੈਂ 2 ਸੈਕਿੰਡ 'ਚ ਫੈਸਲਾ ਕੀਤਾ, ਅਬਦੁੱਲਾ ਛੇਤੀ ਕਰ, ਅਲੀ ਦੀ ਮੰਨ ਲੈ ਨਹੀਂ ਤਾਂ ਜਹੰਨਮੀ ਬਣ ਜਾਏ। ਇਮਾਮ ਹੁਸੈਨ ਰਹਿਮਤਾਂ ਦੇ ਨਜ਼ੂਲ ਫਰਮਾਵੇਂ ਤੁਹਾਡੇ ਘਰਾਂ ਦੇ ਵਿੱਚ, ਕਿਹੜਾ ਸੋਹਣਾ ਬੋਲ ਹੈ, ਵਾਹ। ਐਸੇ ਮਾਰਫਤ ਵਾਲੇ ਲੋਕ, ਮੈਂ ਖੁਸ਼ਾਮਦ ਵਾਲਾ ਬੰਦਾ ਹੀ ਨਹੀਂ, ਮੈਂ ਕਦੇ ਕੀਤੀ ਨਹੀਂ, ਖੁਦਾ ਜਾਣਦਾ ਸ਼ਹਿਰ ਭੁਲਾ ਦਿੰਦੇ। ਇਹੋ ਹੀ ਹੱਕ ਹੈ, ਇਹੋ ਹੀ ਹੱਕ ਹੈ, ਸਾਈਆਂ ਦਾ ਜ਼ਿਕਰ ਸੁਣਨ ਦਾ ਇਹੋ ਹੀ ਹੱਕ ਹੈ। ਮੈਂ ਨਹੀਂ ਆਖ ਰਿਹਾ, ਜਨਾਬ ਅਮੀਰ ਫਰਮਾ ਰਹੇ ਨੇ, ਆਪੋ ਅੱਖਾਂ ਤੇ ਲਾਂਤੇ ਹੋਵਾਂ, ਜਨਾਬ ਅਮੀਰ ਫਰਮਾਉਂਦੇ ਜਿਹੜਾ ਸਾਡਾ ਜ਼ਿਕਰ ਸੁਣ ਕੇ ਖੁਸ਼ ਹੋਵੇ,
ਹਾਦੀ ਫਰਮਾਉਂਦੇ ਨੇ ਅਗਰ ਉਹਦੇ ਵਿੱਚ ਤੂੰ ਸ਼ੱਕ ਕੀਤਾ ਤਾਂ ਉਹਦੇ 'ਚ ਨਹੀਂ ਤੇਰੇ 'ਚ ਸ਼ੱਕ। ਹਾਦੀ ਫਰਮਾਉਂਦੇ ਨੇ ਸ਼ੱਕ ਹੀ ਨਾ ਕਰੀ ਜਿਹੜਾ ਸਾਡਾ ਜ਼ਿਕਰ ਕਰ ਸੁਣ ਕੇ ਖੁਸ਼ ਹੋ ਜਾਏ, ਚਿਹਰਾ ਖਿਲ ਜਾਏ, ਚਿਹਰੇ 'ਤੇ ਰੌਣਕ ਆ ਜਾਏ, ਉਸ 'ਤੇ ਸ਼ੱਕ ਨਾ ਕਰੀਂ। ਅਗਰ ਤੂੰ ਉਸ 'ਤੇ ਸ਼ੱਕ ਕਰ ਗਿਆ ਫਿਰ ਤੇਰੇ 'ਤੇ ਸ਼ੱਕ ਹੋਣਾ ਸ਼ੁਰੂ ਹੋ ਜਾਏਗਾ। ਹਾਏ ਕੈਸਾ ਪੇਸ਼ਵਾ ਹੈ, ਕੈਸਾ ਮੁਰਸ਼ਦ ਅਲੀ ਹੈ, ਕੈਸਾ ਰਾਹਬਰ ਹੈ। ਓ ਚਲੋ ਸ਼ੁਕਰ ਹੈ ਡਗੋਰੇ ਵਾਲਿਓ, ਅਸੀਂ ਜੋ ਕੁਛ ਵੀ ਹਾਂ ਸ਼ੁਕਰ ਹੈ, ਛਡਾਉਣ ਵਾਲੇ ਤਾਂ ਚੰਗੇ ਲੱਭਦੇ। ਹਾਂ ਚਲੋ ਕਹਾਣੀ ਅੱਗੇ ਬਣਾਉਣ ਵਾਲੇ ਤਾਂ ਚੰਗੇ ਲੱਭਦੇ, ਵਾਰਸ ਤਾਂ ਸਾਨੂੰ ਚੰਗੇ ਲੱਭਦੇ ਨਾ। ਕਿਹੜਾ ਵੱਡਾ ਬਾਦਸ਼ਾਹ ਮੁਰਸ਼ਦ ਅਲੀ ਹੈ, ਕਿਹੜਾ ਵੱਡਾ ਪੇਸ਼ਵਾ ਹੈ। ਇੱਕ ਖੁਤਬੇ 'ਚ ਭਾਈਜਾਨ ਜਨਾਬ ਅਮੀਰ ਫਰਮਾਉਂਦੇ ਨੇ, ਹਾਦੀ ਫਰਮਾਉਂਦੇ ਨੇ, ਜੋ ਮੌਤ ਸੇ ਡਰਤਾ ਹੈ ਵੋ ਮੇਰਾ ਨਹੀਂ। ਬਚਪਨ 'ਚ ਗੱਲ ਮੇਰੇ ਵਾਲਦ ਸਾਹਿਬ ਕਰਦੇ ਹੁੰਦੇ ਤਾਂ ਮੈਂ ਛੋਟਾ ਸਾਂ, ਮੇਰੇ ਪਿਓ ਦਾ ਮੇਰੇ ਨਾਲ ਬੜਾ ਪਿਆਰ ਸੀ, ਉਹ ਮੈਨੂੰ ਮਜਲਸਾਂ 'ਤੇ ਨਾਲ ਲੈ ਜਾਂਦੇ ਸੀ, ਛੋਟੇ ਜਿਹੇ ਨੂੰ ਨਾਲ ਲੈ ਜਾਂਦੇ ਸੀ, ਦੋ ਦੋ ਤਿੰਨ ਤਿੰਨ ਦਿਨ, ਫਿਰ ਉਹਨਾਂ ਮੈਨੂੰ ਨਾਲ ਹੀ ਹੈ ਅੱਲਾ ਉਹ, ਫਿਰ ਮੇਰਾ ਇੰਨਾ ਕੁ ਪਿਆਰ ਹੋ ਗਿਆ ਮੈਨੂੰ ਸਾਰੇ ਭੁੱਲ ਜਾਣੇ, ਅਤੇ ਜਿਸ ਵੇਲੇ ਵਾਲਦ ਸਾਹਿਬ ਨੇ ਬਾਹਰ ਆਉਣਾ ਤਾਂ ਮੈਂ ਘਰ ਬਹਿ ਕੇ ਰੋਈ ਜਾਣਾ, ਉਹ ਫਿਰ ਮੈਨੂੰ ਜ਼ਿਆਦਾ ਉਹਨਾਂ ਪੜ੍ਹਨਾ ਤਾਂ ਮੈਂ ਸੋਚਣਾ ਵੀ ਇਹ ਗੱਲ ਵੀ ਜੋ ਮੌਤ ਸੇ ਡਰ ਗਏ ਮੌਲਾ ਫਰਮਾਉਂਦੇ ਮੇਰਾ ਨਹੀਂ। ਮੌਤ ਤੋਂ ਤਾਂ ਹਰ ਬੰਦਾ ਡਰਦਾ ਹੈ, ਕਿਸੇ ਚੰਗੇ ਨੂੰ ਕਹਿ ਦਿਓ ਤੂੰ ਮਰ ਜਾ, ਆਖੇਗਾ ਯਾਰ ਇਹ ਤਾਂ ਵਾਤ ਨਾ ਨਾ ਮਾਰ, ਤੇਰੀ ਮਿਹਰਬਾਨੀ ਹੈ ਯਾਰ, ਕੋਈ ਹੋਰ 10 ਦਿਨ ਮੈਨੂੰ ਜੀ ਲੈਂਦੇ ਮੈਂ ਤੇਰਾ ਕੀ ਹੈ। ਇਹ ਗੱਲ ਕਿ ਉਹ ਜਿਸ ਵੇਲੇ ਪੜ੍ਹਿਆ ਤਾਂ ਫਿਰ ਪਤਾ ਲੱਗਾ ਕਿ ਜਨਾਬ ਅਮੀਰ ਦਾ ਫਰਮਾਨ, ਬਚਪਨਾ ਹੀ ਨਹੀਂ ਪਤਾ ਲੱਗਾ, ਜਵਾਨੀ ਚੜ੍ਹੇ ਪੜ੍ਹਿਆ ਅੱਗੇ ਤੋਂ ਮੁਤਾਲਾ, ਫਿਰ ਪਤਾ ਲੱਗਾ ਓਹੋ ਬਾਦਸ਼ਾਹ ਠੀਕ ਫਰਮਾ ਰਹੇ, ਜੋ ਮੌਤ ਸੇ ਡਰ ਗਿਆ ਵੋ ਮੇਰਾ ਨਹੀਂ। ਅਗਲੀ ਸਤਰ ਪੜ੍ਹੀ ਤਾਂ ਫਿਰ ਮੈਨੂੰ ਪਤਾ ਲੱਗਾ, ਹਾਦੀ ਅਗਲੀ ਸਤਰ ਕੀ ਲਿਖਦੇ ਨੇ ਪੇਸ਼ਵਾ ਫਰਮਾਉਂਦੇ ਨੇ, ਜੋ ਮੌਤ ਸੇ ਡਰ ਗਿਆ ਇਹ ਸਤਰ ਹੈ, ਮੌਤ ਸੇ ਡਰ ਗਿਆ ਵੋ ਮੇਰਾ ਨਹੀਂ। ਅੱਗੇ ਬਾਦਸ਼ਾਹ ਲਿਖਦੇ ਪੈਨ ਫਰਮਾਉਂਦੇ ਪੈਨ, ਜੋ ਮੌਤ ਸੇ ਡਰ ਗਿਆ ਵੋ ਮੇਰਾ ਨਹੀਂ, ਹਾਦੀ ਫਰਮਾਉਂਦੇ ਪੈਨ, ਮੌਤ ਵੋ ਹੈ ਜੋ ਅਲੀ ਸੇ ਮਿਲਾ ਦੇਤੀ ਹੈ। ਪਿਆ ਕਮਾਲ ਹੋ ਗਏ ਜਵਾਨੀ ਮਨ ਤੁਹਾਡੀ ਵੀ ਮੌਲਾ ਜ਼ਿੰਦਗੀ ਕਰੇ ਚਾ, ਕੈਸਾ ਬਾਦਸ਼ਾਹ ਹੈ, ਕੈਸਾ ਪੇਸ਼ਵਾ ਹੈ। ਹਾਦੀ ਫਰਮਾਉਂਦੇ ਮੈਂ ਅਲੀ ਕੀ ਮੁਲਾਕਾਤ ਕੋ ਮੌਤ ਕਹਤੇ ਹੈ, ਫਿਰ ਪਤਾ ਲੱਗਾ ਮੌਤ ਤੋਂ ਉਹ ਡਰਦਾ ਹੈ ਜਿਹੜਾ ਅਲੀ ਨੂੰ ਮਿਲਣਾ ਨਹੀਂ ਚਾਹੁੰਦਾ। ਹਾਏ ਜੰਨਤ ਜੀਵੋ ਪਾਇ, ਜੰਨਤ ਹੀ ਬਣਾ ਦਿੱਤੀ ਜੇ ਤੁਸਾਂ ਵੀ ਜੀਓ, ਤੁਹਾਡੇ ਨਾਲ ਹੀ ਬਹਾਰਾਂ, ਤੁਹਾਡੇ ਨਾਲ ਹੀ ਕਹਾਣੀਆਂ, ਮੋਮਨਾ ਨਾਲ ਹੀ ਕਹਾਣੀਆਂ। ਅੱਲਾ ਜਾਣਦਾ ਹੈ, ਜਨਾਬ ਅਮੀਰ ਫਰਮਾਉਂਦੇ ਨੇ, ਜਿਹੜਾ ਬੰਦਾ ਮੋਮਨ ਨੂੰ ਦੇਖ ਕੇ ਜਲੇ, ਮਸਲਨ ਕੀ ਉਹ ਵੇਖ ਯਾਰ ਇਹ ਕਾਰ 'ਤੇ ਚੜਿਆ ਫਿਰ, ਤੁਹਾਡੀ ਵੀ ਜ਼ਿੰਦਗੀ ਹੋਵੇ ਉਹ ਵੇਖ ਯਾਰ ਸਕੂਲ ਜਾਣ ਲੱਗਿਆ ਪੁੱਤਰ ਨੂੰ 500 ਦਿੰਦਾ ਪਏ,
ہاں جناب امیر فر تو پوچھا گیا مولا اے منافق دی سزا، فرمایا وہ آپ پہ تجویز کر دے، مولا سمجھ نہیں آئی، فرمایا وہ سارا دن سڑتا ہی رہندا ہو سزا. چلو پھر آگ دے بھائی آدھا پیا دوبارہ آکو. ہاں معصوم تو پوچھے نا مولا اے جڑا منافق کے اے دی سزا، فرمایا وہ دی سزا تو اس نے آپ ہی تجویز کی تھی، وہ سڑتا ہی رہتا ہے. وہ بندہ بڑا سیاح گیا سی، اس آخیا تو مولا وہ نہ سڑے، فرمایا پھر منافق نہیں، وہ سڑے گا تو منافق ہے، وہ کسی دے بخت تو سڑے گا، وہ کسی دے مقام تو جلے گا، اتنا کساڑا رکھے گا، نہ پترا نہ صحیح ملیا، نہ ٹکر دی برکی آئی ساڑے چکھا دی. ہاں ساڑے نالے نو ویکھ لیں وہ لوستا ہی رہے گا. اس بندے تیسرا سوال کر دیتا، مولا اے جلدا تیوراندا ہے، اچھا اس تو بچن واسطے مولا کسے دا بخت ویکھ کے تے دل جلے، یار دا اتنا بخت ہے تے میرا بخت بھی ہوندا، مولا دل جل سکتا ہے؟ فرمایا جل سکتا ہے، کیوں نہیں جل سکتا. تے مولا پھر اس تو بچن واسطے کچھ دس دیو. معصوم فرمایا اس تو بچن واسطے اے ہے، اس دا بخت دیکھ کے جلے نہ، دعا دے ہاتھ بلند کر کے دعا منگے خدایا جویں اس تے کریمی کیتی ہے ساڈے تے وی میرا. معصوم فرمیندن اگر مومن ہے تے واسطہ دے مولا جی میں اس مومن نو نواز دے آئی او میں سانو نواز. ہادی فرمیندن پھر بھی قبول نہ ہوئے، توجہ کریں، ہادی فرمیندن پھر بھی تیری قبول نہ ہوئے تے جلیا بڑیا تے سڑدا رہے. گل کسے ماں دے لال نہیں سنا ونی جڑی الوی سنیندا پیا، بولی تے بھاویں نہ بولی. بادشاہ فرمیندن اجے بھی رہ جائے کوئی کمی نہ جلن تو بعد. معصوم فرمایا کسے مومن دی دعا چ او بندہ دلوں آمین آکھے، بھاویں اس مومن کول کروڑاں ہووے، اے نہ سوچے میرے کول ککھ نہیں تو اودے کول کروڑاں، دعا پیا منگدا تو اودی دعا دے وچ مومن سمجھ کے آمین آکھ دے. ہاں دی فرمیندن ساڈا وعدہ ہویا تیری دعا چ پھر ملائکہ آمین آکھ، تیری زندگی ہوے اے مقام منزلہ. کسے شرارت دا نام مجلس نہیں، کسے دے پیراں تے ہٹ کرن دا نام مجلس نہیں، کسے دے رہبراں نوں چھیڑن دا نام مجلس نہیں. جتھے کوئی لگا ہے اونوں اللہ عقل دتی او صحیح لگا ہے، تو جتھے لگا ہے تو اپنی عقل نال صحیح لگا ہے، تیرا حق نہیں بندا کسے دے پیر نوں مندا آکھ. جے تیرا سچا ہے تو پھر او کل نوں تیرے پیر نوں مندا آکھے گا. یہ گالی گلوچ تو شروع کیتا ہے، ہادی نہیں فرمیندے میں تے تواڈے سامنے کدی گل کیتی نہیں. لو اس تو وڈی دعا ہی کوئی نہیں، جڑا بندہ کو سمجھے پیے اے دعا نہیں پیا دیندا، جے میں نہیں دیندا پیا میرے تے لعنت، جے کوئی بندہ ہور غیر سمجھے کچھ سمجھے الٹ سمجھے او دے تے لعنت. جس جس نوں منیا ہے، جنوں جنوں بھی خدا دی خدائی چ جنہیں جنہیں منیا ہے، اللہ کرے میری خدا نیڑے ہو کے سنے، آخرت اس بندے دا حشر اونا نل ہو جائے. اسی علی نو منیا ہے، آخرت ساڈا حشر علی نل ہو جائے. تیری زندگی ہوئے تیری زندگی آمین اکبر سارے بولو تیری زندگی ہونے چاہ. اے کوئی لڑائی ہے بھائی جان؟ ہے کوئی جھگڑا ہے؟ اس سے بڑی دعا میں تیرے لیے اور کی کراں؟
ਮੈਂ ਤੇਰੇ ਲਈ ਹੋਰ ਕੀ ਦੁਆ ਕਰਾਂ। ਖੁਦਾ ਕਰੇ ਤੂੰ ਯਜ਼ੀਦ ਨੂੰ ਮੰਨਣਾ ਹੈ, ਅੱਲਾ ਕਰੇ ਤੇਰਾ ਹਸ਼ਰ ਯਜ਼ੀਦ ਨਾਲ ਹੋ ਜਾਏ। ਅਸੀਂ ਕਾਫਿਰ ਹਾਂ, ਸਾਨੂੰ ਕਾਫਰ ਪਿਆ ਸੱਦਦਾ ਹੈ, ਸਾਡਾ ਹਸ਼ਰ ਮੌਲਾ ਅਲੀ ਨਾਲ ਹੋ ਜਾਏ। ਜੈਸਾ ਹਸ਼ਰ ਅਲੀ ਦਾ ਹੋਵੇ ਖੁਦਾ ਸਾਡਾ ਹਸ਼ਰ ਵੈਸਾ ਕਰ ਦੇਵੇ, ਜੈਸਾ ਹਸ਼ਰ ਤੇਰੇ ਪੀਰਾਂ ਦਾ ਹੋਵੇ ਖੁਦਾ ਵੈਸਾ ਹਸ਼ਰ ਤੇਰਾ ਕਰ ਦੇਵੇ। ਲੜਾਈ ਨਹੀਂ, ਝਗੜਾ ਨਹੀਂ, ਤਨਾਜ਼ਾ ਨਹੀਂ। ਕਿਉਂ ਕਿਸੇ ਦੇ ਪੀਰ ਨੂੰ ਬੁਰਾ ਆਖਦੇ ਹੋ? ਉਹ ਬੰਦਾ ਸ਼ੀਆ ਹੀ ਨਹੀਂ ਜਿਹੜਾ ਕਿਸੇ ਦੇ ਪੀਰਾਂ ਨੂੰ ਬੁਰਾ ਆਖਦਾ। ਅੱਲਾ ਅਕਲ ਦਿੱਤੀ ਹੈ ਸਾਰਿਆਂ ਨੂੰ, ਆਪਣੀ ਅਕਲ ਦੇ ਨਾਲ ਜਿਹੜਾ ਜਿਹੜਾ ਪੀਰ ਹੈ ਸੋਹਣਾ ਸੋਹਣਾ ਚੱਲਦਾ ਪਿਆ, ਠੀਕ ਚੱਲਦਾ ਪਿਆ, ਖੁਸ਼ ਹੋਇਆ ਕਰੋ। ਆਪਣੀ ਆਪਣੀ ਕਬਰ ਹੈ, ਖੁਸ਼ ਹੋਇਆ ਕਰੋ, ਠੀਕ ਹੈ ਭਾਈ। ਤੈਨੂੰ ਆਪਣੇ ਪੀਰ ਮੁਬਾਰਕ, ਸਾਨੂੰ ਆਪਣੇ ਪੀਰ ਮੁਬਾਰਕ। ਜੇ ਬੰਦਾ ਖਲੋ ਕੇ ਵਿੱਚ ਕੁਛ ਲੋਕ ਗਲਤ ਹਨ, ਉਹ ਫਲਾਣੇ ਤਲਾਣਤ ਫਲਾਣੇ ਤਲਾਣ ਨਹੀਂ, ਕਬਰ ਸ਼ੀਆ ਨਹੀਂ ਅੱਜ ਕਰਦੇ, ਦੁਸ਼ਮਣਾਂ ਨੇ ਅਹਿਲ ਬੈਤ ਤੇ ਲਾਨਤ ਜਿਹੜਾ ਵੀ ਹੈ, ਅਹਿਲ ਬੈਤ ਦਾ ਦੁਸ਼ਮਣ ਜੋ ਵੀ ਹੈ, ਜਿਹਨੇ ਮੁਹੰਮਦ ਦੇ ਘਰ ਨੂੰ ਸਤਾਇਆ ਜੋ ਵੀ ਹੈ, ਉਸ ਦਾ ਲਾਨਤ ਹੈ, ਗੱਲ ਖਤਮ ਹੈ। ਤੂੰ ਕੋ ਬਹੁਤਾ ਜਾਣਨਾ ਫਲਾਣੇ ਸਤਾਇਆ ਤਾਂ ਫਲਾਣੇ ਨਹੀਂ ਸਤਾਇਆ, ਯਾ ਖੁਦਾ ਦਾ ਨਾਮ ਪੜ੍ਹਿਆ ਲਿਖਿਆ ਦੌਰੇ ਯਾਰ, ਖਿਆਲ ਕਰੋ। ਉੱਤੋਂ ਸਾਡੇ ਤੇ ਵੱਡੀ ਤੁਹਮਤ ਜਿਹੜੀ ਬਹੁਤੀ ਸਾਰਿਆਂ ਤੋਂ ਤੁਮ ਦੇਖੋ ਜੀ, ਸਾਹਬਾਂ ਨੂੰ ਨਹੀਂ ਮੰਨਦੇ, ਲਾਨਤ ਉਸ ਸ਼ੀਆ ਤੇ ਜਿਹੜਾ ਹਜ਼ੂਰ ਦੇ ਸਾਹਬਾਂ ਨੂੰ ਨਹੀਂ ਮੰਨਦਾ, ਉਹਦੀ ਨਸਲ ਤੇ ਲਾਨਤ ਜਿਹੜਾ ਹਜ਼ੂਰ ਦੇ ਸਾਹਬਾਂ ਨੂੰ ਬੁਰਾ ਆਖਦਾ ਪਿਆ। ਤੂੰ ਬੋਲ ਨਾ ਬੋਲ, ਤੂੰ ਸੱਦ ਭਾਵੇਂ ਨਾ ਸੱਦ, ਮੈਂ ਤੇਰੀਆਂ ਦਾਤਾਂ ਦੇ ਨਹੀਂ ਬੈਠਾ, ਮੈਨੂੰ ਭਾਵੇਂ ਤੂੰ ਕੋਈ ਹੋਰ ਕਰਾਰ ਦੇ, ਸ਼ੀਆ ਹਟ ਗਿਆ ਤੇ ਇਹ ਕੀ ਕੁਛ ਕਰਦਾ ਪਿਆ, ਮੈਂ ਹੱਕ ਬਿਆਨ ਪਿਆ ਕਰਨਾ ਹੈ। ਉਸ ਸ਼ੀਆ ਤੇ ਹੀ ਲਾਨਤ ਜਿਹੜਾ ਹਜ਼ੂਰ ਦੇ ਸਾਹਬਾਂ ਨੂੰ ਬੁਰਾ ਆਖਦਾ ਹੈ। ਤੂੰ ਵੀ ਬਹਿ ਕੇ ਅੱਲਾ ਦਾ ਨਾਂ ਹੀ ਸੋਚ ਲਿਆ ਕਰ, ਜਿਹਨਾਂ ਪਿੱਛੇ ਤੂੰ ਰੱਟ ਲਾਉਣਾ ਪਿਆ, ਸਹਾਬੀ ਵੀ ਹੈ ਨਬੀ ਦੇ ਕੇ ਨਹੀਂ, ਤੂੰ ਸਹਾਬਾਂ ਦੀ ਗੱਲ ਕਰਿਆ ਕਰ, ਹੁਸੈਨ ਦਾ ਵਾਸਤਾ ਹੀ, ਐਵੇਂ ਲੜਾਈਆਂ ਨਾ ਪਾਇਆ ਕਰ ਸਾਡੇ ਨਾਲ ਬੈਠ ਕੇ। ਜਾ ਮੈਂ ਬਿਸਮਿਲ੍ਲਾ ਕਰ, ਜਿਹਨਾਂ ਸਹਾਬਾਂ ਉਹਨਾਂ ਦੇ ਨਾਲ ਜ਼ਿੰਦਗੀਆਂ ਗੁਜ਼ਾਰੀਆਂ, ਜਿਹਨਾਂ ਸਹਾਬਾਂ ਉਹਨਾਂ ਦੇ ਰਾਹਾਂ ਦੇ ਵਿੱਚ ਅੱਲਾਹੁ ਅਕਬਰ ਅੱਖਾਂ ਨਿਸ਼ਾਵਰ ਕੀਤੀਆਂ ਹੈ, ਜਿਹੜਾ ਸਾਹਾਬਾ ਨੇ ਉਹਨਾਂ ਦੇ ਪਿੱਛੇ ਜਾਨਾਂ ਤੱਕ ਮਾਲ ਤੱਕ ਤੋਂ ਲਗਾਏ, ਬੰਦਾ ਉਹਨਾਂ ਨੂੰ ਬੁਰਾ ਆਖੇ ਤਾਂ ਕਾਫਰ ਹੈ, ਦਾਇਰਾ ਇਸਲਾਮ 'ਚ ਖਾਰਜ ਹੈ। ਨਹੀਂ ਤੋਬਾ ਭਾਈ ਤੋਬਾ, ਨਾ ਸਾਡੇ ਤਾਂ ਐਵੇਂ ਮੌਲਵੀਆਂ ਪਿੱਛੇ ਨਾ ਲੱਗਿਆ ਕਰ, ਸਾਡੇ 'ਚ ਆ ਕੇ ਬਹਿ ਤਾਂ ਸਹੀ, ਸਾਡੇ ਨਾਲ ਬਹਿ, ਖਾਣ ਪੀਣ ਸਾਡੇ ਨਾਲ ਸਾਰਾ ਤੇਰਾ ਇਕੱਠਾ, ਤਾਂ ਫਿਰ ਤੂੰ ਐਵੇਂ ਲੋਕਾਂ ਦੀਆਂ ਗੱਲਾਂ 'ਤੇ ਲੱਗ ਪੈਣਾ? ਨਹੀਂ, ਅਸੀਂ ਤਾਂ ਆਉਂਦੇ ਹਾਂ ਬਾਨੇ ਹਾਂ, ਰਸੂਲ ਦੇ ਘਰ ਉਜੜਨ ਨੂੰ ਰੋਂਦੇ ਹਾਂ। ਸਾਡਾ ਕਿਸੇ ਨੂੰ ਛੇੜਨਾ ਮਕਸਦ ਨਹੀਂ, ਸਾਡੀ ਕੋਈ ਸ਼ਰਾਰਤ ਮਜਲਸਾ ਮਕਸਦ ਨਹੀਂ, ਮਾਤਮ ਕਰਨੇ ਹਾਂ ਤਾਂ ਅਸੀਂ ਆਪਣਾ ਕਰਨੇ, ਆਪਣੇ ਸੀਨੇ 'ਤੇ ਹੱਥ ਮਾਰਨੇ। ਤੇਰੀ ਮੁਹੱਬਤ ਹੈ ਤੂੰ ਹਾਏ ਆਖ ਦੇ, ਤੇਰੀ ਮੁਹੱਬਤ ਵੱਧ ਗਈ ਤੂੰ ਦੋ ਅਥਰੂ ਵਹਾ ਲੈ, ਸਾਡੀ ਮੁਹੱਬਤ ਵੱਧ ਜਾਂਦੀ ਹੈ। ਆ ਵੇਖਿਆ ਨਹੀਂ ਕਿਸੇ ਦਾ ਪੁੱਤਰ ਮਰ ਜਾਏ ਤਾਂ ਕੋਈ ਆਣ ਕੇ ਤਾਂ ਆਖਦਾ ਯਾਰ ਬੜਾ ਅਫਸੋਸ ਹੋਇਆ, ਕੋਈ ਥੋੜ੍ਹਾ ਹੋਰ ਮੁਹੱਬਤ ਵਾਲਾ ਹੋਵੇਗਾ ਉਹਦੇ ਗੱਲ ਲੱਗ ਕੇ ਰੋਣ ਲੱਗ ਪਏਗਾ, ਇਵੇਂ ਗੱਲ ਨਹੀਂ ਕਿਬਲਾ, ਕੋਈ ਜ਼ਿਆਦਾ ਮੁਹੱਬਤ ਆਏਗਾ ਤਾਂ ਉਹ ਸੀਨੇ 'ਤੇ ਹੱਥ ਮਾਰਨ ਲੱਗ ਪਏਗਾ। ਇਹੋ ਹੀ ਗੱਲ ਹੈ, ਪਿਆਰ ਜਿਤਨਾ ਜਿਤਨਾ ਹੈ ਉਤਨਾ ਉਤਨਾ ਹੈ, ਮਰ ਜਾਣਾ ਹੈ ਭਾਈ, ਇਤਫਾਕ ਕਰੋ ਯਾਰ, ਸਾਰੇ ਇਕੱਠ ਕਰੋ। ਹੁਸੈਨ ਹਰ ਉਸ ਬੰਦੇ ਦਾ ਮੋਸਨ ਹੈ ਜਿਸ ਬੰਦੇ ਨੂੰ ਆਪਣੀ ਧੀ ਦੀ ਤਮੀਜ਼ ਹੈ। ਕੇਵਲ ਜਿਹਨੂੰ ਧੀ ਦੀ ਤਮੀਜ਼ ਨਹੀਂ ਉਸਦਾ ਹੁਸੈਨ ਕੁਝ ਨਹੀਂ ਲੱਗਦਾ, ਉਸਦਾ ਕੋਈ ਵਾਸਤਾ ਹੁਸੈਨ ਨਾਲ ਨਹੀਂ ਜਿਸ ਬੰਦੇ ਨੂੰ ਆਪਣੀ ਧੀ ਦੀ ਤਮੀਜ਼ ਨਹੀਂ। ਅੱਲਾਹੁ ਅਕਬਰ, ਵੇਖ ਤਾਂ ਸਹੀ, ਤੂੰ ਬੈਠ ਕੇ ਐਵੇਂ ਗੱਲਾਂ ਕਰਨਾ ਜੀ, ਖੁਸ਼ੀ ਕਰੋ ਜੀ, ਉਹਨਾਂ ਨੂੰ ਫਤਿਹ ਹੋਈ ਜੀ, ਖੁਸ਼ੀਆਂ ਕਰੋ। ਚਲੋ ਜੰਗ ਮਰਦਾਂ ਨਾਲ ਮੁੱਕ ਗਈ ਆਈ, ਤੇਰੇ ਨਾਲ ਬਹਿ ਕੇ ਅਸੀਂ ਖੁਸ਼ੀ ਕਰ ਲੈਂਦੇ, ਜੇ ਕਹਾਣੀ ਮਰਦਾਂ 'ਤੇ ਮੁੱਕ ਜਾਂਦੀ ਹੈ, ਆ ਭੈਣਾਂ ਦੇ ਹੁਰ ਕੇ ਲੁੱਟ ਕੇ ਅਤੇ ਨੰਗੇ ਸਰ ਬਾਜ਼ਾਰਾਂ 'ਚ ਲਿਜਾ ਕੇ
ਤੇ ਲੋਕੀ ਸ਼ਰਾਬਾਂ ਪੀ ਕੇ ਨੱਚਦੇ ਪਏ ਹਨ ਤੇ ਮੁਹੰਮਦ ਦੀਆਂ ਧੀਆਂ ਨੰਗੀਆਂ ਖਲੋਤੀਆਂ ਸਿਰਾਂ ਤੋਂ। ਇਹ ਖੁਸ਼ ਕਰੀਏ ਰਸੂਲ ਦਾ ਘਰ ਉਜੜ ਗਿਆ, ਇਹ ਖੁਸ਼ ਕਰੀਏ। ਯਾਰ ਕੀ ਸੋਚਣਾ ਹੈ, ਕੀ ਫੈਸਲੇ ਕਰਦਾ ਪਿਆ, ਇਹਨਾਂ ਦੇ ਗਮ 'ਚ ਬੈਠ ਸ਼ਾਮਲ ਹੋ। ਹੱਦ ਨਹੀਂ ਮੁੱਕ ਗਈ। ਇਮਾਮ ਨੂੰ ਬਜ਼ੁਰਗੋ ਸ਼ਹੀਦ ਕਰ ਛੋੜਿਆ, ਗੱਲ ਇੱਥੇ ਖਤਮ ਕਰ ਦੇਣਾ। ਇਹ ਕਬਰੇ ਹੁਸੈਨ ਤੇ ਮੇਰਾ ਹੱਥ ਹੀ, ਤੇਰੇ ਰੁਆਵਣ ਵਾਸਤੇ ਮੈਂ ਗਲਤ ਆਖਾਂ, ਰੁੱਲ ਕੇ ਮਰਾਂ, ਇਸ ਤੋਂ ਵੱਡੀ ਕਸਮ ਹੀ ਕੋਈ ਨਹੀਂ। ਕਬਰੇ ਹੁਸੈਨ ਤੇ ਹੱਥ ਰੱਖ ਕੇ ਆਦਾ ਪਿਆ, ਪਿਓ ਦੀ ਸ਼ਹਾਦਤ ਦੇ ਬਾਅਦ ਇਹਨਾਂ ਕਤੀ ਨੂੰ ਮਾਰਿਆ। ਵਾਹ 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 ਵਾਹ, ਤੇਰੀ ਜ਼ਿੰਦਗੀ ਹੋਏ, ਉਹ ਤੇਰੇ ਪੁੱਤਰਾਂ ਦੇ ਸ਼ਾਹ ਰੋਣੇ ਹੋਏ, ਜਿਹੜੀਆਂ ਅੱਖਾਂ ਹੱਸਣ ਲੱਗ ਪਈਆਂ, ਉਹ ਬਾਦਸ਼ਾਹ ਹੁਸੈਨ ਤੈਨੂੰ ਜ਼ਿਆਦਾ ਹੀ ਕਰ। ਵਾਹ ਵਾਹ, ਇਹ ਤੇਰਾ ਦੀਨ ਹੈ ਯਾਰ। ਇੰਨਾ ਕੁ ਮਾਰਿਆ ਖੁਦਾ ਜਾਣਦਾ, ਇੰਨਾ ਕੁ ਮਾਰਿਆ ਇਹ ਕਰਬਲਾ ਚੋਂ। ਮੁਸਤਨਿਦ ਰਵਾਇਤ ਹੈ, ਜਿਸ ਨੂੰ ਉਲਮਾ ਪੜ੍ਹਦੇ ਨੇ ਉਹ ਰਵਾਇਤ ਹੈ। 120 ਬੀਬੀ ਇਮਾਮ ਦੀ ਸ਼ਹਾਦਤ ਦੇ ਬਾਅਦ 17-2 ਸਮਝ ਆ ਗਈਆਂ, ਅੱਗੋਂ ਕੀ ਮੈਂ ਪੜ੍ਹਨਾ ਤੇ ਕੀ ਤੂੰ ਮੈਨੂੰ ਸੁਣਨਾ। ਇਮਾਮ ਦੀ ਸ਼ਹਾਦਤ ਦੇ ਬਾਅਦ ਅੱਜ ਦੀ ਇਮਾਨੀ ਦੁਆ ਮੌਲਾ ਤੁਹਾਨੂੰ ਸ਼ਫਾ ਦੇ, ਤੁਹਾਡਾ ਸਾਇਆ ਰੱਖੇ ਸਾਰ। ਮੈਂ ਇੱਥੇ ਜ਼ਾਕਿਰ ਬਣ ਕੇ ਨਹੀਂ ਆਉਂਦਾ, ਵੱਲਾ ਮੇਰਾ ਘਰ ਹੈ, ਮੇਰਾ ਇਹਨਾਂ ਦੇ ਨਾਲ ਕੋਈ ਪਿਆਰ ਹੈ। ਇਹ ਜਿਤਨੀ ਦੇਰ ਤੱਕ ਆਖੇ ਮੈਂ ਹਾਜ਼ਰ ਹਾਂ, ਮਜਲਸਾਂ ਦੀਆਂ ਕਤਾਰਾਂ ਮੇਰੇ ਕੋਲ ਵੀ ਟਾਈਮ ਨਹੀਂ, ਰੋਜ਼ ਦੀਆਂ 15-16 ਮਜਲਸਾਂ ਜਿਹਨਾਂ ਨੂੰ ਜਵਾਬ ਦੇਣਾ। ਕਿਉਂ, ਮੈਂ ਜਿਹੜੀ ਕਰ ਲਾਂ ਉਹ ਜ਼ਰੂਰ ਪੜ੍ਹਨੀ ਆਉਂਦੀ, ਮੇਰੀ ਆਦਤ ਹੈ। 120 ਬੀਬੀ ਇਮਾਮ ਦੀ ਸ਼ਹਾਦਤ ਦੇ ਬਾਅਦ ਮੁਸਤਨਿਦ ਰਵਾਇਤ ਹੈ, 80 ਜਾਂ 90 ਯਤੀਮ ਬੱਚੇ ਕਰਬਲਾ ਚੋਂ ਕੈਦ ਹੋ ਕੇ ਟੁਰੇ। 120 ਬੀਬੀ ਭਾਈਜਾਨ ਕਰਬਲਾ ਚੋਂ ਇਮਾਮ ਦੀ ਸ਼ਹਾਦਤ ਦੇ ਬਾਅਦ ਕੈਦ ਹੋ ਕੇ, ਜੇ ਬਰਦਾਸ਼ਤ ਕਰ ਲੈ, ਹੱਥ ਇੱਥੇ ਬੰਨ ਕੇ ਚਾਦਰਾਂ ਲਹਾ ਕੇ, ਸਰਾਂ ਤੋਂ ਨੰਗੀਆਂ ਮੈਂ ਬਿਸਮਿਲਾ ਕਰਾਂ, ਭਲਾਵੇ ਇਹ ਬਜ਼ੁਰਗਾਂ ਨੂੰ ਇੱਥੇ ਹੀ ਜਗ੍ਹਾ ਦੇ ਦੇਣਾ, ਇੱਥੇ ਹੀ ਜਗ੍ਹਾ ਦੇ ਦੇਣਾ, ਅੱਲਾ ਤੁਹਾਡੀ ਜ਼ਿੰਦਗੀ ਕਰੇ, ਭਲਾਵੇ ਉਹ ਤੁਹਾਡਾ ਕਿਸੇ ਗਮ 'ਚ ਨਾ ਰੋਵੋ। ਪੁੱਤਰਾਂ ਦੇ ਸ਼ਾਹ ਰੋਣੇ, ਇਹ ਕਿਬਲਾ ਇਤਨੀਆਂ ਬੀਬੀਆਂ ਟੁਰੀਆਂ ਨੇ ਬਜ਼ੁਰਗੋ, ਇੰਨੀਆਂ ਕਿਸੇ ਉਲਮਾ ਨੂੰ ਪੁੱਛੀ ਇਵੇਂ ਦੱਸੇਗਾ। ਮੈਂ ਤੇਰੇ ਕੋਲੋਂ ਗੱਲ ਇਹ ਪੁੱਛਣਾ, ਸ਼ੀਆਂ ਹੈ ਸ਼ੀਆ ਰਾਹੀਂ, ਸੁੰਨੀ ਹੈ ਸੁੰਨੀ ਰਾਹੀਂ, ਹਰ ਕਲਮਾ ਗੋ ਨਾਲ ਮੇਰੀ ਗੱਲ ਹੈ, ਸ਼ੀਆ ਸੁੰਨੀ ਦਾ ਸਵਾਲ ਨਹੀਂ, ਹਰ ਕਲਮਾ ਗੋ ਨਾਲ ਮੇਰੀ ਗੱਲ ਹੈ। ਇਤਨੀਆਂ ਜੋ ਬੀਬੀਆਂ, 120 ਬੀਬੀ, 80 ਜਾਂ 90 ਯਤੀ, ਇਤਨੀਆਂ ਬੀਬੀਆਂ ਟੁਰੀਆਂ ਅਤੇ ਇਤਨੇ ਬੱਚੇ ਟੁਰੇ ਨੇ, ਮੈਨੂੰ ਆਪਣੇ ਇਮਾਨ ਨਾਲ ਸਿਰ 'ਤੇ ਕੁਰਾਨ ਰੱਖ ਕੇ ਦੱਸ ਖਾਂ, ਇਹ ਸ਼ਿਮਰ ਬੇਗੈਰਤ ਇਕੱਲਿਆਂ ਹੁਸੈਨ ਦੀ ਧੀ ਨੂੰ ਕਿਉਂ ਮਾਰਦਾ। ਬੱਚੇ ਜੋ ਇੰਨੇ ਹਨ, ਜਾਂ ਤਾਂ ਬੱਚੀ ਹੁੰਦੀ ਇਕੱਲੀ। ਵਾਹ 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 ਵਾਹ, ਤੇਰਾ ਭਲਾ ਹੋ ਜਾਏ ਭਾਈ, ਤੇਰੀ ਜ਼ਿੰਦਗੀ ਹੋਵੇ ਭਾਈ, ਜਿਹੜੀਆਂ ਮੈਂ ਬਿਸਮਿਲਾ ਕਰਾਂ ਚਾਹ, ਪੁੱਤਰਾਂ ਦੇ ਸ਼ਾਹ ਰੋਣੇ ਭਾਈ। ਮੈਂ ਸ਼ਰਾਰਤ ਦਾ ਆਦੀ ਨਹੀਂ ਹੈ, ਕਾਇਲ ਹੀ ਨਹੀਂ, ਮੈਂ ਜ਼ਿੰਦਗੀ ਕੀਤੀ ਨਹੀਂ, ਅੱਲਾ ਕਰਾਇਆ ਭਾਈ ਨਾ। ਹਰ ਕਿਸੇ ਨੂੰ ਆਪਣਾ ਪੀਰ ਮੁਬਾਰਕ ਹੈ, ਕਿਸੇ 'ਚ ਨਾ ਝਗੜਾ ਕਰਿਆ ਕਰੋ, ਕਿਸੇ 'ਚ ਤਨਾਜ਼ਾ ਨਾ ਕਰਿਆ ਕਰੋ, ਜੋ ਕੋਈ ਜਿੱਥੇ ਲੱਗਾ ਹੈ ਆਪਣੀ ਅਕਲ ਨਾਲ ਠੀਕ ਲੱਗਾ ਹੈ। ਅੱਲਾਹੁ ਅਕਬਰ, ਜਾਂ ਤਾਂ ਬੱਚਾ ਹੋਰ ਨਾ ਹੁੰਦਾ, ਬੰਦਾ ਕਹਿੰਦਾ ਇਕੱਲੀ ਬੱਚੀ ਹੈ ਤਾਂ ਮਾਰ ਦੇਣ। ਕਿਬਲਾ ਇੱਕ ਮੁਕਾਮ 'ਤੇ ਉਮਰ ਇਬਨੇ ਸਾਦ ਨੇ ਸ਼ਿਮਰ ਨੂੰ ਆਖਿਆ, ਸ਼ਿਮਰ ਇਸ ਬੱਚੀ ਨੂੰ ਥੋੜ੍ਹਾ ਮਾਰਿਆ ਕਰ। ਆਦਾ ਯਾਰ, ਦੁਸ਼ਮਣ ਤਾਂ ਅਸੀਂ ਇਹਨਾਂ ਦੇ ਹਾਂ, ਮੰਨਣ ਵਾਲੀ ਗੱਲ ਹੈ, ਲੇਕਿਨ ਤੂੰ ਇਤਨਾ ਮਾਰਨਾ ਹੈ ਕਿਤੇ ਇਹ ਬੱਚੀ ਸਫਰਾਂ 'ਚ ਮਾਰਨਾ ਜਾਏ। ਜ਼ਾਲਿਮਾ, ਐਡਾ ਨਾ ਮਾਰਿਆ ਕਰ, ਇਹ ਗੱਲ ਜੇ ਸਮਝ ਆ ਗਈ ਤੇ ਇਬਾਦਤ ਤੇਰੀ ਕਾਬਲੇ ਕਬੂਲੀਅਤ ਤੇ ਪਹੁੰਚਦਾ ਸੀ। ਆਦਾ ਮੈਂ ਕਦੋਂ ਇਸ ਬੱਚੀ ਨੂੰ ਮਾਰਨਾ? ਆਦਾ ਮੇਰੇ ਸਾਹਮਣੇ ਤੂੰ ਇਤਨੀ ਮਰਤਬਾ ਮਾਰਿਆ, ਤੂੰ ਕਿਵੇਂ ਆਖਣਾ ਪਿਆ ਮੇਰੇ ਸਾਹਮਣੇ ਮਰਨਾ?
ਆਂਦਾ ਨਹੀਂ ਮੈਂ ਇਹਨੂੰ ਤਾਂ ਨਹੀਂ ਮਾਰਦਾ, ਆਂਦਾ ਹੋਰ ਕਿਹਨੂੰ ਮਾਰਨਾ ਹੈ, ਆਂਦਾ ਮੈਂ ਤਾਂ ਹੁਸੈਨ ਨੂੰ ਮਾਰਨਾ। ਜਿਹੜੇ ਸਮਝ ਗਏ ਉਹਨਾਂ ਮਾਤਮ ਕਰਨਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਮੈਂ ਬਿਸਮਿਲ੍ਲਾ ਸਿਆਣਾ ਮਜਮਾ ਹੈ ਸਾਰਾ ਕਦਰਦਾਨ ਬੈਠੇ ਹੋ ਬਾਬਾ, ਆਂਦਾ ਮੈਂ ਇਸ ਬੱਚੇ ਨੂੰ ਤਾਂ ਮਾਰਦਾ ਹੀ ਨਹੀਂ, ਮੈਂ ਤਾਂ ਹੁਸੈਨ ਨੂੰ ਮਾਰਨਾ। ਉਹ ਆਂਦਾ ਹੁਸੈਨ ਨੂੰ ਕਿਵੇਂ ਮਾਰਨਾ ਹੈ, ਤੂੰ ਮੇਰੇ ਸਾਹਮਣੇ ਇਸ ਬੱਚੀ ਨੂੰ ਮਾਰਨਾ, ਆਂਦਾ ਇਹੋ ਤਾਂ ਤੈਨੂੰ ਪਤਾ ਕੋਈ ਨਹੀਂ। ਆਂਦਾ ਮੈਂ ਹੁਸੈਨ ਦੀ ਗਰਦਨ 'ਤੇ ਬੜੀਆਂ ਬੜੀਆਂ ਔਖੀਆਂ ਜ਼ਰਬਾਂ ਮਾਰੀਆਂ ਅਤੇ ਮੈਂ ਹੁਸੈਨ ਨੂੰ ਵੇਖਦਾ ਰਿਹਾ, ਹੁਸੈਨ ਤਸਬੀ ਅਦਾ ਕਰਦਾ ਰਿਹਾ, ਹੁਸੈਨ ਨੂੰ ਫਿਕਰ ਹੀ ਕੋਈ ਨਹੀਂ, ਅੱਲਾਹ ਦੀ ਤਸਬੀ ਅਦਾ ਪਿਆ ਕਰਦਾ। ਮੈਂ ਔਖੀ ਜ਼ਰਬ ਮਾਰਨਾ, ਹੁਸੈਨ ਨੂੰ ਇੰਝ ਲੱਗਦਾ ਤਕਲੀਫ ਹੀ ਕੋਈ ਨਹੀਂ, ਹੁਸੈਨ ਤਸਬੀ ਅਦਾ ਕਰਦਾ ਰਿਹਾ। ਆਂਦਾ ਐਡੀ ਔਖੀ ਮੈਂ ਇੱਕ ਜ਼ਰਬ ਮਾਰੀਏ, ਆਂਦਾ ਇਹਦਾ ਨਾਨਾ ਮੁਹੰਮਦ ਕੰਡ ਕਰ ਗਿਆ, ਲੇਕਿਨ ਹੁਸੈਨ ਦੇ ਹੱਥੋਂ ਤਸਬੀ ਛੁੱਟੀ ਨਹੀਂ। ਆਂਦਾ ਤੈਨੂੰ ਕਿਹੜਾ ਪਤਾ ਇਸ ਬੱਚੀ ਨਾਲ ਕਿਤਨਾ ਕੁ ਪਿਆਰ ਹੈ। ਆਂਦਾ ਜਿਹੜੇ ਵੇਲੇ ਮੈਂ ਹੁਸੈਨ ਦੇ ਮੂੰਹ 'ਤੇ ਤਮਾਚਾ ਮਾਰਿਆ ਹੈ ਨਾ, ਅਤੇ ਇਸ ਬੱਚੀ ਨੂੰ ਹਿਲਾਇਆ, ਆਂਦਾ ਉਸ ਵੇਲੇ ਵੀ ਤਸਬੀ ਨਹੀਂ ਛੁੱਟੀ, ਯਾਦ ਕਰੀ ਜੇ ਮਾਤਮ ਕਰਨਾ ਹੀ। ਆਂਦਾ ਫਿਰ ਮੈਂ ਪਿਓ ਦੇ ਸਾਹਮਣੇ ਜਿਹੜਾ ਧੀ ਨੂੰ ਮਾਰਿਆ, ਉਸ ਵੇਲੇ ਹੁਸੈਨ ਦੇ ਹੱਥੋਂ ਤਸਬੀ ਛੁੱਟ ਗਈ ਹੈ, ਅਤੇ ਛੱਡ ਕੇ ਆਂਦਾ ਮੈਨੂੰ ਮਾਰੋ, ਧੀਆਂ ਨੂੰ ਨਹੀਂ ਮਾਰਿਆ, ਮੈਨੂੰ ਮਾਰ ਲੈ, ਧੀਆਂ ਨੂੰ ਇੰਜ ਨਹੀਂ ਉਹ ਮਾਰੀਦਾ, ਤੇਰੀਆਂ ਕੋਈ ਧੀਆਂ ਨਹੀਂ। ਹਾਏ ਹਾਏ, ਉਹ ਪੁੱਤਰਾਂ ਦੇ ਸ਼ਾਰ, ਉਹ ਪੁੱਤਰਾਂ ਦੇ ਸ਼ਾਰ ਨਹੀਂ ਹੋਏ। ਅੱਲਾ ਜ਼ਿੰਦਗੀ ਕਰੇ, ਉਹ ਖੁਦਾ ਤੇਰੀ ਇਬਾਦਤ ਕਬੂਲ ਕਰਮਾ। ਵਾਹ 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 ਜੀ ਬਾਬਾ ਜੀ ਬਾਬਾ ਜੀ ਬਾਬਾ, ਆਖਾਂ ਜੀ ਆਖਾਂ ਜੀ ਆਖਾਂ। ਕਿਹੜਾ ਕਿਹੜਾ ਦੁੱਖ ਮੈਂ ਤੈਨੂੰ ਸੁਣਾਵਾਂ, ਹੱਦ ਕਰ ਦਿੱਤੀ ਆਈ। ਬਜ਼ੁਰਗੋ ਮੈਂ ਇੰਝ ਪੜਿਆ, 1647 ਮੀਲ ਦੀ ਮੰਜ਼ਿਲ ਹੈ ਜਿੱਧਰੋਂ ਬੀਬੀਆਂ ਨੂੰ ਫਿਰਾ ਕੇ ਲੈ ਕੇ ਗਏ। ਇਹ ਸਿੱਧੀ ਮੰਜ਼ਿਲ ਥੋੜ੍ਹੀ ਹੈ, ਲੇਕਿਨ ਕਾਫਲੇ ਨੂੰ ਫਿਰਾ ਕੇ ਇਸ ਵਾਸਤੇ ਲੈ ਕੇ ਗਏ, ਇਹਨਾਂ ਨੂੰ ਪਤਾ ਲੱਗਦਾ ਇਸ ਸ਼ਹਿਰ ਦੇ ਵਿੱਚ ਅਲੀ ਦੇ ਸ਼ੀਆ ਇਸ ਬਸਤੀ 'ਚ ਹਨ, ਇਹ ਉਸ ਬਸਤੀ ਤੋਂ 20 ਮੀਲ ਦੂਸਰੇ ਪਾਸੇ ਲੈ ਜਾਂਦਾ। ਅਗਰ ਪਤਾ ਲੱਗਦਾ ਇੱਥੇ ਅਲੀ ਦੇ ਸ਼ੀਆ, ਇੱਥੋਂ 20 ਮੀਲ ਉਸ ਪਾਸੇ ਲੈ ਜਾਂਦੇ ਹਨ। ਇਹ ਫਿਰ ਫਿਰ ਕੇ 1646 ਮੀਲ ਦੀ ਮੰਜ਼ਿਲ ਹੈ। ਜ਼ਿੰਮੇਦਾਰੀ ਨਾਲ ਜੁਮਲਾ ਪਿਆਦਾ, 1600 ਮੀਲ ਦੀ ਮੰਜ਼ਿਲ ਦੇ ਵਿੱਚ ਨਾ ਇੱਕ ਦਫ਼ਾ ਹੁਸੈਨ ਦੀ ਧੀ ਪਿਓ ਦੇ ਕਾਤਲ ਨਾਲ ਬੋਲੀ, ਇੱਕ ਦਫ਼ਾ ਇੰਜ ਬੀਬੀ ਹੈ ਹਾਂ, ਇਹਦੇ ਹੱਥ 'ਚ ਹੱਥ ਬੀਬੀ ਪਾ ਕੇ ਫਰਮਾਇਆ, ਉਹ ਜ਼ਾਲਿਮਾ ਮੈਂ ਤੇਰੀ ਮਿੰਨਤ ਨਹੀਂ ਕਰਨ ਆਈ, ਤੇਰਾ ਦਿਲ ਜਿਵੇਂ ਮਰਜ਼ੀ ਮਾਰ, ਤੂੰ ਮੇਰੀਆਂ ਅੱਖਾਂ ਸਾਹਮਣੇ ਮੇਰੇ ਬਾਬੇ ਨੂੰ ਮਾਰਿਆ, ਮਾਮੂਲੀ ਜਿਹਾ ਉੱਚਾ ਕਰਦੇ ਜੇ ਹੋ ਜਾਏ ਤਾਂ ਹੈ, ਤੂੰ ਮੇਰੇ ਪਿਓ ਨੂੰ ਮੇਰੀਆਂ ਅੱਖਾਂ ਸਾਹਮਣੇ ਮਾਰਿਆ, ਮੈਂ ਤੇਰੀਆਂ ਮਿੰਨਤਾਂ ਕੀਤੀਆਂ, ਤੂੰ ਮੇਰੀ ਮੰਨੀ ਕੋਈ ਨਹੀਂ, ਮੁੱਕ ਜਾ ਸੀ ਮਜਲਸ ਅਗਰ 70 ਸਮਝੀ, ਮੈਂ ਤੇਰੀ ਮਿੰਨਤ ਨਹੀਂ ਕਰਨ ਆਈ, ਜਿਵੇਂ ਤੇਰਾ ਦਿਲ ਹੈ ਮੈਂ ਹੁਸੈਨ ਦੀ ਧੀ ਤੇਰੀਆਂ ਮਿੰਨਤਾਂ ਕਰਾਂ, ਮਾਰ ਜਿਤਨਾ ਮਾਰ ਸਕਣਾ, ਲੇਕਿਨ ਹਯਾ ਕਰਿਆ ਕਰ, ਜਿਹੜਾ ਸਜਾਦ ਸਾਹਮਣੇ ਹੋਵੇ ਉਸ ਲਈ ਨਾ ਮਾਰਿਆ, ਮੈਨੂੰ ਮਾਰਿਆ ਕਰ, ਭਰਾ ਤੂੰ ਉਹਲੇ ਮਾਰਿਆ ਕਰ, ਉਹ ਜ਼ਾਲਿਮਾ ਜੇ ਇਹ ਮਰ ਗਿਆ, ਸਾਡਾ ਵਤਨ ਤੇ ਪੁਛਾਵਣ ਵਾਲਾ ਹੀ ਕੋਈ ਨਹੀਂ ਰਹਿ ਗਿਆ। ਸਰਦਾਰ ਜੀ ਬਾਬਾ ਜੀ ਬਾਬਾ ਬਿਸਮਿਲ੍ਲਾ ਕਰਾਂ ਜੀ, ਤੁਹਾਡੀ ਜ਼ਿੰਦਗੀ ਹੋਵੇ ਚੱਪਦਾ ਹੋਵੇ ਤੁਹਾਡਾ। ਅਕਬਰ ਹਾਏ ਹਾਏ, ਖੁਦਾ ਜਾਣਦਾ ਮੌਲੀ ਸਾਹਿਬ ਮੈਂ ਇੰਜ ਪੜਿਆ ਕਿਤੇ ਦੁੱਖ ਵੱਧਦਾ ਹੱਥ ਰੋਂਦੀ ਹੈ, ਜੇ ਸਾਹਮਣੇ ਭਰਾ ਖਲੋਤਾ ਹੁੰਦਾ ਨਾ ਤਾਂ ਦੂਸਰੇ ਪਾਸੇ ਮੂੰਹ ਕਰ ਲੈਂਦਾ। ਜਿਹੜੇ ਬੰਦੇ ਨੂੰ ਸਮਝ ਨਹੀਂ ਆਈ, ਹਰ ਦੁੱਖ ਸਹਿ ਗਈ ਬਜ਼ੁਰਗੋ, ਹਰ ਦੁੱਖ ਸਹਿ ਗਈ ਹੈ। ਪਤਾ ਨਹੀਂ ਬਜ਼ਾਰੇ ਹਮੀਦੀਆ ਚ ਕਿਹੋ ਜਿਹਾ ਜ਼ੁਲਮ ਹੋਇਆ, ਉਸ ਵੇਲੇ ਸਜਾਦ ਦੇ ਸਾਹਮਣੇ ਆ ਕਲੀ ਅਤੇ ਸਜਾਦ ਮਤਾ ਸਮਝੇ ਜੋ ਮੈਨੂੰ ਪਤਾ ਨਹੀਂ, ਮੈਨੂੰ ਸਾਰਾ ਹੀ ਪਤਾ ਹੈ, ਜਾਂਦਾ ਤੂੰ ਪੋਤਰੇ ਮੈਂ ਉਹ ਦਿੱਤੀ ਹਾਂ,
ਸਜਾਦ ਮੈਨੂੰ ਪਤਾ ਹੈ ਲੇਕਿਨ ਦੇਖ ਲੈ ਮੈਂ ਤੇਰੇ ਸਾਹਮਣੇ ਰੋਂਦੀ ਵੀ ਨਾ ਸਜਾਦ ਤੈਨੂੰ ਵੀ ਪਤਾ ਹੈ ਮੇਰਾ ਅੰਦਰ ਪਿਆ ਰੋਂਦਾ ਹੈ ਮੈਂ ਤੇਰੇ ਸਾਹਮਣੇ ਨਾ ਰੋਂਦੀ ਸਜਾਦ ਮੇਰੀ ਹੁਣ ਹੱਦ ਮੁੱਕ ਗਈ ਆਈ ਸਜਾਦ ਇਸ ਜ਼ਾਲਿਮ ਨੂੰ ਆਖ ਅਗਲਾ ਤਮਾਚਾ ਮੇਰੇ ਮੂੰਹ ਤੇ ਨਾ ਮਾਰੇ ਸਜਾਦ ਵੇਖ ਲੈ ਮੇਰੀਆਂ ਹੱਡੀਆਂ ਤੋਂ ਬੂਟ ਜੁਦਾ ਹੋਣ ਲੱਗ ਪਏ ਸਜਾਦ ਮੇਰੇ ਨੂੰ ਸਾਰੇ ਵੇਖ ਲੈ ਫਟਣ ਲੱਗ ਪਏ ਨੀ ਵਾਹ ਤੇਰਾ ਮੌਲਾ ਮਾਤਮ ਕਬੂਲ ਕਿਹੜਾ ਕਿਹੜਾ ਦੁੱਖ ਮੈਂ ਤੈਨੂੰ ਇਸ ਬੀਬੀ ਦਾ ਸੁਣਾਵਾ ਕਿਹੜਾ ਕਿਹੜਾ ਦੁੱਖ ਤੂੰ ਸੁਣੇਗਾ ਸੱਪ ਠੂਏ ਬਿੱਛੂ ਜਨਾਬੇ ਈਸਾ ਦੇ ਵਕਤ ਦੀ ਇਬਾਦਤ ਦੀ ਜਾ ਹਾ ਮੁੱਦਤ ਬੰਦ ਪਈ ਆਈ ਉੱਥੇ ਇਹ ਅਜ਼ਹਾ ਬਸੇਰਾ ਕਰ ਗਿਆ ਰਹਿੰਦੇ ਹਨ ਕਮੀਨੇ ਆਖਿਆ ਸਾਰਿਆਂ ਤੋਂ ਪਹਿਲੋਂ ਇਹ ਕਾਫਲਾ ਉੱਥੇ ਬੰਦ ਕਰੋ ਮੈਨੂੰ ਹੁਣ ਰਵਾਇਤ ਦੇ ਜੁਮਲੇ ਅਦਾ ਕੱਟਦੇ ਸਨ ਕਤਲ 'ਚ ਸਾਡਾ ਨਾਮ ਹੀ ਨਾ ਸੀ ਕੁਰਾਨ ਦੀਆਂ ਜ਼ਖਮੀ ਆਇਤਾਂ ਲੈ ਕੇ ਜਿਹੜੇ ਵੇਲੇ ਸਜਾਦ ਉਸ ਜ਼ਿੰਦਾਨ 'ਚ ਆਇਆ ਅੱਲਾ ਜਾਣਦਾ ਉਹ ਜਿਤਨੇ ਵੀ ਹੈ ਜ਼ਰੀਲੇ ਜਾਨਵਰ ਵੈਣ ਕਰਦੇ ਆਪਣੇ ਘਰਾਂ ਤੋਂ ਨਿਕਲਣ ਲੱਗ ਪਏ ਬੀਬੀ ਪੁੱਛਿਆ ਸਜਾਦ ਕਿਹਨ ਟੁਰ ਪਏ ਫਰਮਾਇਆ ਅੰਮਾ ਤੇਰੇ ਨੰਗੇ ਸਰ ਦਾ ਹਯਾ ਕਰ ਇਹ ਮੈਨੂੰ ਰੋ ਗਿਆ ਤੇ ਭੈਣ ਸਾਡੀ ਡਿਊਟੀ ਆਈ ਇੱਥੇ ਜਿੱਥੋਂ ਇੱਥੇ ਅਲੀ ਦੀ ਧੀ ਦੇ ਕਦਮ ਆਵੜੇ ਇੱਥੇ ਡਿਊਟੀ ਦਿਓ ਉਹਦੇ ਆਵਣ ਤੋਂ ਪਹਿਲੇ ਇੱਥੇ ਨਿਜਸ ਕਦਮ ਨਾ ਆਵੇ ਆਪਣਾ ਬਿਸਮਿਲ ਲਗਰਾ ਬਿਸਮਿਲ ਲਗਰਾ ਲੈ ਇਸ ਬੀਬੀ ਦੇ ਦੋ ਵੈਂਡ ਸੁਣ ਲੈ ਅੱਲਾਹੁ ਅਕਬਰ ਜੀ ਬਾਬਾ ਇਸ ਬੀਬੀ ਦੇ ਦੋ ਵੈਂਡ ਸੁਣ ਲੈ ਤੇਰੀਆਂ ਧੀਆਂ ਦੇ ਪਰਦੇ ਉਹਨੇ ਤੇਰੀ ਹਾਏ ਦੀ ਕਸਮ ਹੈ ਇਸ ਜ਼ਿੰਦਾਨ ਦੇ ਵਿੱਚ ਅਲਾਮਾ ਮੁਹੰਮਦ ਬਾਕਿਰ ਲਿਖਦੇ ਨੇ ਐਸੇ ਸਵਾਲ ਇਮਾਮ ਤੇ ਕੀਤੇ ਨੇ ਇਮਾਮ ਦੀ ਦਾੜੀ ਚਿੱਟੀ ਹੋ ਗਈ ਉਹ ਸਵਾਲ ਕਿਹੜੇ ਹਨ ਭਾਈ ਜਾਨ ਕਿਸੇ ਵੇਲੇ ਬਿਰਾ ਦੇ ਕੋਲ ਆਣ ਕੇ ਆਉਂਦੀ ਆਈ ਸ਼ਾਮ 'ਚ ਹਵਾ ਨਹੀਂ ਗੁਜ਼ਰਦੀ ਕਿਸੇ ਵੇਲੇ ਪੁੱਛਦੀ ਆਈ ਦਿਨ ਨਹੀਂ ਸ਼ਾਮ 'ਚ ਚੜ੍ਹਦਾ ਚੰਦ ਦਿਹਾੜਿਆਂ 'ਤੇ ਜ਼ਿੰਦਾਨ ਤਬਦੀਲ ਹੋ ਗਿਆ ਉਹ ਜ਼ਿੰਦਾਨ ਮਿਲਿਆ ਜਾਂਦੀ ਛੱਤ ਕੋਈ ਨਾ ਹਾ ਉੱਥੋਂ ਵੀ ਪਰਿੰਦੇ ਲੰਘਦੇ ਹਨ ਅਤੇ ਬਿਰਾ ਕੋਲ ਆਣ ਕੇ ਆਉਂਦੀ ਹੈ ਕਿ ਨਵੇਂ ਸਜਾ ਦੱਖਿਆ ਆਪੋ ਦਾਣੇ ਦੀ ਤਲਾਸ਼ 'ਚ ਅੱਛਾ ਵੀਰ ਕਦਮ ਅਲਸਨ ਇੱਕ ਮੁਕਾਨ ਹੋਣ ਲੱਗੀ ਆਈ ਇਮਾਮ ਫਰਮਾਵੇ ਨਾ ਸ਼ਾਮ ਨੂੰ ਵਲਸਨ ਥੋੜ੍ਹੀ ਦੇਰ ਤੇ ਬਜ਼ੁਰਗੋ ਕੁਛ ਪਰਿੰਦੇ ਵਾਪਸ ਵੰਦੇ ਨਾ ਬਿਰਾ ਦੇ ਨੇੜੇ ਆਣ ਕੇ ਆਖਿਆ ਤੈਂ ਤਾਂ ਮੈਨੂੰ ਆਖਿਆ ਸ਼ਾਮੀ ਵਲਸਨ ਇਹ ਵੱਲੇ ਵੈਂਦੇ ਸਜਾਦ ਹਾਂ ਨਾ ਲਾ ਕੇ ਆਖਿਆ ਨਾ ਰਵਾਇਆ ਕਰ ਭੈਣ ਇਹਨਾਂ ਦੇ ਛੋਟੇ ਬੱਚੇ ਘਰਾਂ 'ਚ ਹਨ ਇਹ ਖੁਰਾਕ ਲੈ ਕੇ ਉਹਨਾਂ ਬੱਚਿਆਂ ਨੂੰ ਦੇਵਣ ਵਾਸਤੇ ਵਹਿੰਦੇ ਪਏ ਨਾ ਰੋ ਕੇ ਆਖਿਆ ਮੈਂ ਤਾਂ ਤੇਰੀ ਛੋਟੀ ਭੈਣ ਹਾਂ ਮੈਂ ਪਾਣੀ ਮੰਗਦੀ ਹਾਂ ਮੈਨੂੰ ਕੋਈ ਨਹੀਂ ਦਿੰਦਾ ਅੱਲਾ ਤੇਰੀ ਜ਼ਿੰਦਗੀ ਕਰੇ ਚੰਦ ਹਾੜਾਂ ਤੇ ਜੀ ਬਾਬਾ ਫਿਰ ਗੁਜ਼ਰੇ ਨਾ ਸ਼ਾਮ ਪੁੱਛਿਆ ਹੁਣ ਇਹ ਮਾਮ ਆਖਿਆ ਨਾ ਘਰਾਂ ਨੂੰ ਵੱਲੇ ਵਹਿੰਦੇ ਨੇ ਇੱਕ ਦਿਨ ਫਿਰਾ ਦੇ ਗੱਲ 'ਚ ਬਾਹਾਂ ਪਾ ਕੇ ਅਤੇ ਦਾੜੀ ਚੁੰਮ ਕੇ ਆਦੀ ਇੱਕ ਗੱਲ ਦੱਸ ਪੱਖੀ ਵੱਲ ਪੈਣ ਅਸਾਂ ਵਤਨ ਨਹੀਂ ਵੰਜਣਾ ਸਜਾਦ ਰੋਂਦੇ ਹੋਏ ਚੁੱਪ ਕਰ ਬਿਰਾ ਦੇ ਗੱਲ ਨਾ ਲੱਗ ਗਿਆ ਦੀ ਤੂੰ ਇਮਾਮ ਪਰਦੇ ਨਾ ਪਾ ਅੱਜ ਸਹੀ ਦੱਸ ਅਸੀਂ ਬਲਣਾ ਹੈ ਸਜਾਦ ਦਾ ਤੈਂ ਨਹੀਂ ਬਲਣਾ ਵਾਹ ਵਾਹ ਜਿਹੜਾ ਅਦਾ ਕਰ ਦਿੱਤਾ ਜੀ ਆ ਜਵਾਨੀਆਂ ਮਾਣੇ ਆ ਪੁੱਤਰਾਂ ਦੇ ਚਾਰੋ ਆ ਫਰਮਾਇਆ ਤੈਂ ਨਹੀਂ ਬਲਣਾ ਪੰਜ ਸੱਤ ਮਿੰਟ ਹੋਰ ਪੜਸਾਂ ਜੀ ਜ਼ਿੰਦਗੀ ਉਹ ਨਹੀਂ ਉੱਚੇ ਵਾਇਣ ਕਰਕੇ ਰੁੰਨੀ ਉੱਚੇ ਵਾਇਣ ਰੁੰਨੀ ਕਰਕੇ ਤੈਰਨਾ ਮੀ ਦਰੋਗਾ ਇੱਕ ਮਹੀਨੇ ਨੂੰ ਆਣ ਕੇ ਆਦਾ ਭਾਰਤ ਤੋਂ ਜਵਾਬ ਹੈ ਕਿਉਂ ਉਹ ਜ਼ਾਲਿਮਾ ਤੂੰ ਤਾਂ ਇੱਥੇ ਬੈਠਾ ਹੈ ਤੈਨੂੰ ਕਿਹੜਾ ਪਤਾ ਹੈ ਆਣ ਕੇ ਦੇਖ ਜ਼ਿੰਦਾਨ ਦੇ ਨਾਲ ਛੋਟੀਆਂ ਧੀਆਂ ਵਾਲਿਆਂ ਗੁਜ਼ਰਨਾ ਛੱਡ ਦਿੱਤਾ ਹੀ ਹੁਸੈਨ ਦੇ ਦੀ ਵਾਇਣ ਕਰਦੀ ਹੈ ਅਤੇ ਹੈਵਾਨ ਚਾਰਾ ਖਾਵਣ ਛੋੜ ਦਿੰਦੇ
ਆਣ ਕੇ ਤਾਂ ਵੇ ਕੁੱਤੇ ਕਹਿ ਮੌਲਾ ਦਾ ਨਵੈਣਾ ਤਾਂ ਮੈਂ ਬੜਾ ਤੰਗ ਆ, ਕੋਈ ਤਜਵੀਜ਼ ਤੇ ਡਾਸਾ ਦਾ ਹੁਸੈਨ ਦਾ ਸਿਰ ਦੇ ਦੇ। ਅਦਾ ਜਦਾਂ ਰੋਂਦੀ ਏ ਮੈਂ ਪਹਾੜੇ ਤੇ ਉਹਨਾਂ ਸੁਣਨਾ, ਇੱਕ ਵੈਣ ਕਰਦੀ ਹਾਏ ਉਹ ਮੈਂ ਗਰੀਬ ਦਾ। ਆਦਾ ਸਿਰ ਲੈ ਜਾ ਐ ਮੇਡੇ ਵੈਸ ਵੇਖੀ ਜੇ ਮਾਤਮ ਕਰਨਾ ਇੰਜ ਇਮਾਮ ਦਾ ਹੱਥਾਂ ਤੇ ਸਾਰੇ ਗਲੀਆਂ ਦੇ ਮੋੜ ਕੱਟਦਾ ਆਉਂਦਾ, ਸੱਜੇ ਤੇ ਵੇਖਦੇ ਤੇ ਖੱਬੇ ਤੇ ਵੇਖਦੇ, ਜਿੱਦਾਂ ਕੋਈ ਗਲੀ ਦੇ ਮੋੜ ਤੇ ਭਾਈਜਾਨ ਨਜ਼ਰ ਨਹੀਂ ਆਉਂਦਾ, ਫਿਰ ਸੁੱਕੇ ਹੋਏ ਵਾਲਾਂ ਤੇ ਰੋਸਾ ਦਿੰਦਾ ਤੇ ਹੌਲੇ ਹੌਲੇ ਆਉਂਦਾ ਮੈਨੂੰ ਸੱਚ ਦੱਸੀ ਨਬੀ ਤੈਨੂੰ ਮੋਹਰ ਤੇ ਜਾ ਜੋ ਮਦੀਨੇ ਦੀਆਂ ਗਲੀਆਂ ਤੋਂ ਫਿਰਦਾ, ਮੈਂ ਸੁਣਿਆ ਤੇਰਾ ਇਕਬਾਲ ਟੁੱਟਦਾ ਹਾਂ, ਤੇਰੀ ਮਾਂ ਸਾਰਾ ਸਾਰਾ ਨਹੀਂ ਰੋਣੀ, ਚੱਕਰ ਲਾਇਆ ਉਦਾਂ ਹੀ ਰੁਕਿਆ ਜਿਹੜੀ ਜਾਂ ਚੱਬੀ ਸ਼ਾਂ ਦਾ ਬੁੱਢਾ ਪੁੱਤਰ ਰੱਤ ਪਿਆ ਰੋਂਦਾ, ਇਮਾਮ ਫਰਮਾਇਆ ਸਜਾਦ ਬੜੀ ਜਲਦੀ ਚਿੱਟੀ ਹੋ ਗਈ ਆਈ, ਮਾਤਮ ਦੀ ਤਿਆਰੀ ਕਰੀ ਬਾਗਿਰ ਦਾ ਮੋਢਾ ਹਿਲਾ ਗਿਆ, ਦਿਨ ਉੱਠ ਮੁੱਦਤ ਦੇ ਬਾਅਦ ਤੇਰਾ ਦਾਦਾ ਸਾਨੂੰ ਮਿਲਣਾ, ਅੱਜ ਗਰੀਬਾਂ ਨੂੰ ਜ਼ਿੰਦਾਂ ਵਿੱਚ ਤੇਰਾ ਦਾਦਾ ਮਿਲਣਾ, ਬਾ ਤੇਰਾ ਉੱਠ ਪਾ ਪਿਓ ਤੇ ਪੁੱਤਰ ਉੱਠਦੇ ਆਏ ਨੀ ਮੈਂ ਝੋਲੀ ਬਣਾਈ ਆਈ, ਅੱਲਾ ਜਾਣਦਾ ਫਰਮਾਇਆ ਝੋਲੀ ਚ ਲਾਇਆ, ਮਾਤਮ ਦੀ ਤਿਆਰੀ ਕਰੀ ਅੱਲਾ ਜਾਣਦਾ ਪੁੱਤਰ ਦੀ ਚਿੱਟੀ ਦਾਣੀ ਚੁੰਮ ਕੇ ਮਾਂ ਫਰਮਾਇਆ ਬੜੀ ਜਲਦੀ ਚਿੱਟੀ ਹੋ ਗਈ, ਮੌਲਾ ਸਜਾਦ ਪੁਰਸਾ ਕਬੂਲ ਕਰੇ, ਅਕਬਰ ਦਾ ਬਾਬਾ ਤੇਰੇ ਮੂੰਹ ਦਾ ਮਾਤਮ ਕਬੂਲ ਕਰੇ, ਸਜਾਦ ਦਾ ਬਾਬਾ ਤੇਰੀ ਮਕਾਨ ਕਬੂਲ ਕਰੇ, ਅੱਜ ਇਹਨਾਂ ਨੂੰ ਮੰਗਣ ਦਾ ਵੱਲ ਆਇਆ, ਖਾਲੀ ਝੋਲੀ ਕੋਈ ਬੰਦਾ ਇੱਥੋਂ ਨਾ ਜਾਏ, ਬਾਦਸ਼ਾਹ ਹੁਸੈਨ ਇਸ ਤੋਂ ਵੀ ਜ਼ਿਆਦਾ ਇੱਧਰ ਜੀ ਪੜਦਾ, ਅੱਲਾ ਜਾਣਦਾ ਹੈ ਫਰਮਾਇਆ ਪੁੱਤਰ ਬੜੀ ਜਲਦੀ ਚਿੱਟੀ ਹੋ ਗਈ ਆਈ, ਸਜਾਦ ਦਾ ਬਾਬਾ ਦੇਰ ਬਾਅਦ ਰਿਠਾਈ, ਜਵਾਨਾਂ ਆਪਣੇ ਆਪ ਤੇ ਕੰਟਰੋਲ ਕਰਿਆ ਹੈ, ਔਖੀ ਜਿਹੀ ਸੱਤਰ ਅੱਜ ਤੇਰੀ ਨਗਰੀ ਚ ਪੜਨ ਲੱਗਾ, ਬਾਬਾ ਮੈਨੂੰ ਦੱਸ ਤੇਰੀ ਪਾਲ ਚ ਚਿੱਟੀ ਕਿਉਂ ਹੋਈ ਆਈ, ਸੈਯਦਾ ਦਾ ਕਰਬਲਾ ਦਾ ਜੰਗਲ ਆਈ, ਮੈਂ ਅਕਬਰ ਦੇ ਪੁੱਤਰ ਦੇ ਸੀਨੇ ਤੇ ਪਰਚੀ ਦਾ ਫਲ ਕੱਢਿਆ, ਕਰਦਿਆਂ ਮੇਰੀ ਦਾੜੀ ਰੰਗ ਤਬਦੀਲ ਕਰ ਗਈ ਆਈ, ਸਜਾਦ ਦਾ ਇਮਾਮ ਏ ਬਾਬਾ ਇਨਸਾਫ ਕਰ, ਕਰਬਲਾ ਦੇ ਜੰਗਲ ਚ ਅਕਬਰ ਦੇ ਸੀਨੇ ਚ ਪਰਚੀ ਔਖੀ ਏ, ਜਾਂ ਸ਼ਰਾਬੀਆਂ ਚ ਮਾਂ ਦਾ ਟੂਣਾ, ਬਾਬਾ ਤੇਰੇ ਕਾਤਲ ਨੱਚਦੇ ਆਏ ਮੇਰੀ ਮਾਂ ਨੰਗੇ ਸਰ ਕਰੀ ਆਏ, ਬਾਬਾ ਤੇਰੇ ਕਾਤਲਾ ਮੇਰੀ ਮਾਂ ਨੂੰ ਤਾਜ਼ੀਆਂ ਨੇ ਮਾਰੇ, ਬਾਬਾ ਤੇਰੇ ਕਾਤਲਾ ਮੇਰੀਆਂ ਧੀਆਂ ਨੂੰ ਤਮਾ, ਮੇਰੀ ਸੈਣਾ ਰੋਵਣ ਵਾਲਿਆਂ ਦੀ ਹਰ ਦੁਆ ਪੂਰੀ ਫਰਮਾਈ, ਆ ਮੇਰੀ ਮਖਦੂਮਾ ਆਏ ਰੋਵਣ ਜੀ, ਬਾਦਸ਼ਾਹ ਜੀ ਜੀ ਬਿਸਮਿਲਾ ਕਰਾ ਪੁੱਤਰਾਂ ਦੇ ਸ਼ਾਹ ਰੋਵੇ ਜੀ, ਬਾਬਾ ਆਖਾਂ ਇੱਕ ਸੱਤਰ ਚ ਬਰਦਾਸ਼ਤ ਕਰ ਲਓ, ਫਰਮਾਇਆ ਬਾਬਾ ਇਨਸਾਫ ਕਰ, ਤੇ ਅਕਬਰ ਦੇ ਸੀਨੇ ਚੋਂ ਬਰਛੀ ਕੱਢੀ ਆਈ, ਮਰ ਕਈ ਨੀ ਮੰਜਣਾ ਮੈਂ ਜੁੜੇ ਕੀ, ਫਰਮਾਇਆ ਬਾਬਾ ਤੇਰੀ ਕਸਮ ਇਹਨਾਂ ਅੱਖਾਂ ਦੇ ਨਾਲ ਮੈਂ ਮਾਂ ਸ਼ਰਾਬੀਆਂ ਚ ਪੈ ਕੇ ਟੁਰਦੀ ਦਿੱਤੀ, ਬਾਬਾ ਤੇਰੇ ਕਾਤਲ ਮੈਂ ਨੱਚਦੇ ਦਿੱਤੇ, ਬਾਬਾ ਤੇਰੇ ਸਾਹਮਣੇ ਅੱਲਾ ਜਾਣਦਾ ਰਾਹ ਕੋਈ ਨਾ ਡੇਦਾ, ਬਾਬਾ ਬਾਜ਼ਾਰਾਂ ਬਿਸਮਿਲਾ ਕਰਾਂ ਬਿਸਮਿਲਾ ਕਰਾਂ, ਚਿੱਟੀ ਦਾੜੀ ਉਹ ਬਜ਼ੁਰਗ ਹੋ ਬੈਠ ਜਾਓ, ਮੈਂ ਬਿਸਮਿਲਾ ਕਰਾਂ ਜੀ ਬਾਬਾ ਜੀ, ਆਖੋ ਤੇ ਦੋ ਵੈਣ ਕਰ ਦੇਣਾ ਨਹੀਂ ਤਾਂ ਛੋੜ ਦੇਣਾ ਮਾਰੇ, ਮੇਰਾ ਮਕਸਦ ਨਹੀਂ ਇਬਾਦਤ ਹੋ ਗਈ, ਆਖੋ ਜੀ ਜੀ ਕਰਾਂ ਦੋ ਵੈਣ, ਫਿਰ ਅੱਜ ਤੇਰੀ ਵੀ ਕਿਸਮਤ ਮੇਰੀ ਵੀ ਕਿਸਮਤ, ਇਮਾਮ ਦਾ ਸਰ ਇਹਨੇ ਹੱਥਾਂ ਤੇ ਜਾਇਆ ਹੈ, ਜੇ ਸੁਣ ਲੈ ਉੱਠਾਂ ਲਗਾਇਆ ਹੈ, ਜਿਹੜੀ ਜਾਤ ਭੈਣ ਇੱਟਾਂ ਦੇ ਸਰਾਣੇ ਤੇ ਸੁੱਤੀ ਪਈ ਆਈ, ਸਜਾਦ ਕੰਨ ਨਾਲ ਮੋਲਾ ਗਿਆ ਦਾ ਜਾਗ ਬਾਬਾ ਮਿਲਣ ਆਈ, ਕੰਡ ਕਰਵਾਓ ਜਿਹੜਾ ਜਿਵੇਂ ਮਾਤਮ ਕਰਨਾ ਕਰਿਆ ਹੈ, ਥੱਕ ਜਾ ਸੋ ਛਣ ਪਾਓ ਸੋ ਤੁਸੀਂ ਅੱਗੇ ਬਿਮਾਰ ਹੋ, ਬਹਿ ਕੇ ਮਾਤਮ ਜਿਵੇਂ ਦਿਲਾਂ ਦਾ ਨੇ ਕਰਿਆ ਹੈ, ਲੇਕਿਨ ਦੀਨ ਮੇਰੇ ਪਾਸੇ ਕਰਿਆ ਹੈ, ਅੱਲਾ ਜਾਣਦਾ ਹੈ ਜਿਵੇਂ ਕੰਨ ਤੇ ਆਵਾਜ਼ ਆਇਆ ਬਾਬਾ ਮਿਲਣ ਆਇਆ, ਅੱਖਾਂ ਬੰਦ ਹੱਥ ਵਧਾਇਆ ਸਜਾਦ ਕਿੱਥੇ ਮੈਂ ਗਰੀਬ ਦਾ
ਬਧਾ ਅੱਜ ਕੁਝ ਨਹੀਂ ਆਇਆ ਜਿਵੇਂ ਵਸਦੇ ਵੇਲੇ ਮਦੀਨੇ ਮਿਲਣਾ ਦਾ ਅੱਲਾ ਜਾਣਦਾ ਹੈ ਫਰਮਾਇਆ ਬਾਬੇ ਦਾ ਸਰ ਆਇਆ ਹੈ ਇਸ ਸਦਰ ਦੀ ਸਾਰੇ ਮਾਫ ਕਰ ਦੇਵਿਆ ਹੈ ਖੁਦਾ ਜਾਣਦਾ ਹੈ ਬੀਬੀ ਛੋਲੀ ਵਧਾਈਏ ਇਮਾਮ ਦਾ ਸਰ ਛੋਲੀ ਚ ਆਇਆ ਹੈ ਫਿਰ ਆਦਾ ਮਾਫ ਕਰ ਦੇਵਿਆ ਹੈ ਵੱਡੀ ਕਸਮ ਕੋਈ ਨਹੀਂ ਅਲਮੇ ਅੱਬਾਸ ਦੀ ਕਸਮ ਖਾ ਕੇ ਰਵਾਇਤ ਪੜਨ ਲੱਗਾ ਫਿਰ ਆਡਾ ਪਿਆ ਮੈਨੂੰ ਮਾਫ ਕਰ ਦੇਵਿਆ ਹੈ ਅਲਮ ਦੀ ਕਸਮ ਹੈ ਜਿਹੜੇ ਵੇਲੇ ਬੀਬੀ ਪਿਓ ਦਾ ਸਰ ਡਿੱਠਾ ਹੈ ਹੁਸੈਨ ਦੀਆਂ ਰਗਾਂ ਜਾ ਜਾ ਤੋਂ ਕੱਟੀਆਂ ਹੋਈਆਂ ਅੱਲਾ ਜਾਣਦਾ ਕੋਈ ਜ਼ਲਮ ਕਿਤੇ ਮਾਰਦਾ ਰਿਹਾ ਕੋਈ ਕਲਮ ਕਿਤੇ ਮਾਰ ਮਾਤਾ ਖੁਦਾ ਜਾਣ ਉਹ ਪੁੱਤਰਾਂ ਦਾ ਸ਼ਾਰੋ ਨੀ ਪੁੱਤਰਾਂ ਦੇ ਸਾਰੋ ਨੇ ਅੱਲਾਹ ਅਕਬਰ ਅੱਲਾਹ ਅਕਬਰ ਜੀ 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 ਪੜਾ ਇੱਕ ਜੁਮਲਾ ਜਾਂ ਛੱਡ ਦੇਵਾਂ ਬਜ਼ੁਰਗ ਬੈਠੇ ਹੋ ਜੇ ਆਖੋ ਤੇ ਪੜ ਦੇਣਾ ਨਹੀਂ ਤੇ ਛੋੜ ਦੇਣਾ ਜੀ ਭਾਈ ਜਾਨ ਮਜਲਸ ਦੀ ਜੀਨਤ ਬੈਠੇ ਹੋ ਆਖੋ ਤੇ ਸਤਰ ਇੱਕ ਪੜ ਦੇਣਾ ਨਹੀਂ ਤਾਂ ਛੋੜ ਦੇਣਾ ਪੜੋ ਪੜਾ ਜਿਹੜੀ ਨੇਕ ਦੁਮਾਈ ਰੱਖੀ ਦਿਲ ਚ ਕਦਈ ਆਖੇ ਨਾ ਕਬੂਲ ਨਾ ਹੋਵੇ ਤੇ ਮੈਂ ਇਮਾਮ ਦਾ ਜ਼ਾਕਰ ਹੀ ਨਹੀਂ ਰੱਖ ਜੇ ਪੁੱਤਰ ਨਹੀਂ ਤੇ ਜਵਾਬ ਮੰਗ ਅੱਲਾ ਮੇਰੇ ਪੁੱਤਰ ਨੂੰ ਵੀ ਅੱਜ ਦੇ ਦਿਨ ਦਾ ਸਦਕਾ ਕਰਕੇ ਇੱਕ ਪੁੱਤਰ ਜ਼ਿੰਦਗੀ ਵਾਲਾ ਦੇ ਲੈ ਰੱਖ ਦਿਲ ਚ ਜਿਹੜੀ ਨੇਕ ਦੁਮਾਈ ਕਬੂਲ ਨਾ ਥਾਏ ਮਾਈ ਪਿਓ ਦੀਆਂ ਜਾ ਜਾ ਤੂੰ ਰਗਾਂ ਕੱਟੀਆਂ ਡਿੱਠੀਆਂ ਨਾ ਕਿਉਂ ਇਹ ਬੇਗੈਰਤ ਜ਼ਰਬ ਚੱਲੇਂਦਾ ਨਾ ਜ਼ਰਬ ਮਰੇਂਦਾ ਕੋਈ ਸਰਬ ਇੱਥੇ ਲੱਗਦੀ ਆਈ ਕੋਈ ਇੱਥੇ ਲੱਗਦੀ ਆਈ ਅੱਲਾ ਜਾਣਦਾ ਪਿਓ ਦੇ ਲੱਭਾਂ ਤੇ ਲੱਭ ਲਾਏ ਤੇ ਲੱਭ ਲਾ ਤੇ ਆਦੀ ਬਾਬਾ ਚੰਗਾ ਹਾਂ ਜਿੱਥੇ ਇਹ ਕਮੀਨਾ ਸਰਬਾ ਮਰੇਗਾ ਬਾਬਾ ਨਾਲ ਮੈਂ ਕੁਰਸ ਜਾਵਾਂ ਆਦੀਏ ਬਾਬਾ ਸ਼ਾਮ ਨਾਵਾ ਆਦੀਏ ਬਾਬਾ ਤੇਰੇ ਬਾਦ ਮੈਂ ਰੁੱਲ ਗਈਆਂ ਆਦੀਏ ਬਾਬਾ ਬਿਸਮਿਲਲਾ ਕਰਾਂ ਬਿਸਮਿਲਲਾ ਕਰਾ ਥੋੜਾ ਹੌਸਲਾ ਕਰੋ ਤੁਸੀਂ ਬਿਮਾਰ ਹੋ ਮੈਂ ਬਾਰ ਬਾਰ ਆਉਂਦਾ ਪਿਆ ਜੀ ਜੀ ਇਹ ਜਵਾਨ ਇਸ਼ਾਰਾ ਕਰਕੇ ਆਡਾ ਬਸ ਕਰ ਇੱਕ ਜੁਮਲਾ ਪੜ ਲੈਣ ਦੇ ਜ਼ਿੰਦਗੀ ਦਾ ਪਤਾ ਨਹੀਂ ਆਉਣ ਵਾਲੇ ਸਾਲ ਪਤਾ ਨਹੀਂ ਕੋਈ ਹੋਵੇ ਤੇ ਭਾਵੇਂ ਕੋਈ ਨਾ ਹੋਵੇ ਤੇਰੀਆਂ ਧੀਆਂ ਦੇ ਪਰਦੇ ਹੋਣੇ ਆਦੀਏ ਬਾਬਾ ਅੱਖ ਖੋਲ ਕੇ ਦੇਖ ਬਾਬਾ ਤੇਰੀ ਕਸਮ ਤੇਰੀ ਸ਼ਹਾਦਤ ਲੈ ਕੇ ਬਾਬਾ ਹੁਣ ਤੱਕ ਮੈਨੂੰ ਇਤਨਾ ਮਾਰਿਆ ਹੈ ਮੈਂ ਕੰਡ ਭਾਰ ਮਿੱਟੀ ਦੇ ਸਮ ਨਹੀਂ ਸਕਦੀ ਆਦੀ ਬਾਬਾ ਮੇਰੀਆਂ ਹੱਡੀਆਂ ਦਰਦ ਕਰਦੀਆਂ ਆਦੀ ਬਾਬਾ ਮੈਂ ਬੁੱਢੜੀ ਹੋ ਗਈ ਹਾਂ ਆਦੀ ਬਾਬਾ ਮੈਂ ਰੁੱਲ ਗਈ ਹਾਂ ਅੱਜ ਹਰ ਬੰਦੇ ਫਿਰ ਉੱਠ ਕੇ ਮਾਤਮ ਕਰਨਾ ਹੈ ਆਖੋ ਤੇ ਰਵਾਇਤ ਬਣਾਈਆਂ ਛੱਡ ਦੇਵਾਂ ਦੱਸੋ ਮੈਨੂੰ ਜਵਾਨੋ ਫਿਰ ਅੱਜ ਤੇਰੀ ਵੀ ਕਿਸਮਤ ਹੈ ਅੱਜ ਮੇਰੀ ਵੀ ਕਿਸਮਤ ਹੈ ਅੱਜ ਤੇਰਾ ਆਪਣਾ ਮੁਕੱਦਰ ਜਿੰਦੀ ਅੱਜ ਕਬੂਲ ਨਾ ਹੋਈ ਉਹ ਆਪਣੇ ਨਸੀਬ ਨੂੰ ਆਖੇ ਆਦੀ ਬਾਬਾ ਕਰਬਲਾ ਤੋਂ ਲੈ ਕੇ ਸ਼ਾਮ ਤੱਕ ਇੱਕ ਗੱਲ ਮੈਂ ਤੇਰੇ ਨਾਲ ਕਰਨਾ ਚਾਹੁੰਦੀ ਹਾਂ ਬਾਬਾ ਜਿੱਥੇ ਕਰਨ ਲੱਗੀਆਂ ਲੋਕਾਂ ਮੈਨੂੰ ਮਾਰਿਆ ਹੈ ਬਾਬਾ ਮੌਕਾ ਨਹੀਂ ਮਿਲਿਆ ਅੱਜ ਆਖੇ ਦੇ ਕਰ ਲਾ ਕੰਡ ਕਰ ਜਿਹੜਾ ਕਰੂ ਮੈਂ ਨਹੀਂ ਆਉਂਦਾ ਅੱਜ ਹਰ ਬੰਦੇ ਉੱਠ ਕੇ ਮਾਤਮ ਕਰਨਾ ਮੇਰਾ ਇਮਾਨ ਹੈ ਅੱਲਾ ਜਾਣਦਾ ਤੇਰੀਆਂ ਧੀਆਂ ਦੇ ਪਰਦੇ ਹੋਣੇ ਇਮਾਮ ਦਾ ਪੁੱਤਰ ਕਰ ਲਾਇ ਪੁੱਛ ਲਾਇ ਆਦੀ ਬਾਬਾ ਗੱਲ ਮੈਂ ਇਹ ਪੁੱਛਣੀ ਉਹ ਕੌਣ ਕਰਬਲਾ ਜਿਸ ਮੇਰੀਆਂ ਅੱਖਾਂ ਦੇ ਸਾਹਮਣੇ ਦੀਗਰ ਦੇ ਵੇਲੇ ਤੇਰੇ ਮੂੰਹ ਤੇ ਤਮਾਚਾ ਮਾਰਿਆ ਅੱਲਾ ਜਾਣਦਾ ਸ਼ਬੀਰ ਦੀਆਂ ਅੱਖਾਂ ਬੰਦ ਹੋ ਗਈਆਂ ਆਦੀਏ ਅੱਖ ਬੰਦ ਨਾ ਕਰ ਆਦੀਏ ਬਾਬਾ ਜਾ ਅੱਖ ਖੋਲ ਆਦੀਏ ਬਾਬਾ ਮੈਂ ਦੱਸਣਾ ਆਦੀਏ ਬਾਬਾ ਨਹੀਂ ਦੱਸਣਾ ਜਿਹੜੀ ਰੋ ਰੋ ਕੇ ਆਉਂਦੀ ਹੈ ਬਾਬਾ ਰੁਖਸਾਰ
गवाहन थी तड़ी दे जड़े शाम या जुलम गवाह।